गिड़गिड़ाया नहीं जाता, मैं स्पष्ट कह देनी है भी आ काम हो सकता नहीं हो सकता, चाहे सामने कोई होवे कोई भी होवे। मेरी जैकेट ही फड़ ली इथों। अच्छा उन्होंने पता नहीं कादा गुरूर कादी मगरूरी, पर मैं उन्होंने फिर सेट भी किया, उन्होंने फिर मैं थोड़ी तसली भी कराई। वो तसली किवें हुंदी है, डंडे नाल तसली हुंदी है। ਬੜੀਆਂ ਆਫਰਾਂ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਨਹੀਂ ਹੱਥ ਪੈਂਦਾ ਜੀ, 5 ਲੱਖ ਦੀ, 8 ਲੱਖ ਦੀ, 1 ਲੱਖ। ਮੈਂ ਕਿਹਾ ਜੀ ਨਹੀਂ ਮਿਹਰਬਾਨੀ, ਬਾਕੀ ਕਿਸੇ ਨੇ ਕੋਈ ਮਾਨ ਤਾਨ ਕਰਤਾ ਇਹ ਕਰਤਾ ਉਹ ਸਾਰਾ ਜ਼ਹਿਰ ਬਣ ਕੇ ਨਿਕਲ ਜਾਂਦਾ। ਅੱਛਾ ਇਹ ਬਾਪੂ ਨੇ ਕਿਹਾ ਸੀ? ਹਾਂ ਮੇਰੇ ਫਾਦਰ ਨੇ ਕਿਹਾ ਸੀ ਕਿ ਜ਼ਹਿਰ ਬਣ ਕੇ ਨਿਕਲ ਜਾਣਾ। ਕੋਈ ਸਾਡੇ ਮਹਿਕਮੇ 'ਚ ਸੀਗੇ SI, ਉਹ ਕਹਿੰਦੇ ਵੀ ਰੈਂਕ ਤਾਂ ਲੈ ਲਿਆ, ਹੁਣ ਲੁਕਿਆ ਨਹੀਂ ਕੁਛ ਬਣਨਾ, ਵੀ ਕੰਮ ਕਰਕੇ ਦਿਖਾਓ। ਅੱਛਾ ਜੀ। ਤੇ ਮੈਂ ਉਹਨੂੰ ਚੈਲੰਜ ਨੂੰ ਅਸੈਪਟ ਲੈ ਲਿਆ। ਮੈਂ ਕਿਹਾ ਨਹੀਂ ਰੁੱਖਾ ਕੰਮ ਤਾਂ ਨਹੀਂ ਆ, ਗੱਲ ਉਹੀ ਤੁਹਾਡੇ ਲਈ ਕਿ ਪ੍ਰੈਸ਼ਰ ਫ੍ਰੀ ਹੋਵੇ। ਪੁਲਿਸ ਤੇ ਬੜਾ ਨਾ ਇੱਕ ਸਵਾਲੀਆ ਚਿੰਨ ਖੜਾ ਹੁੰਦਾ ਕਿ ਯਾਰ ਕੀ ਫੜਾ ਦਈਏ, ਪੁਲਿਸ ਉਹਦੀ ਛੱਡ ਦਿੰਦੀ ਹੈ, ਕੀ ਫੜਾ ਦਈਏ, ਪੁਲਿਸ ਪੈਸੇ ਲੈ ਕੇ ਛੱਡ ਦਿੰਦੀ ਹੈ, ਇਹ ਚੀਜ਼ ਬੜੀ ਪੁਲਿਸ ਤੇ ਲੱਗਦੀ ਹੈ। ਮੈਂ ਕਿਹਾ ਵੀ ਤੁਹਾਨੂੰ ਇਸ ਕੰਮ ਵਾਸਤੇ ਦਫ਼ਤਰ ਉਹਨੂੰ ਕਿਹਨੇ ਕਿਹਾ ਸੀ? ਡਾਟਾ ਖੜੇ ਹੋਣਾ ਮੁਸ਼ਕਿਲ ਹੋ ਗਿਆ ਦਫ਼ਤਰ 'ਚ। ਮੈਂ ਕਿਹਾ ਵੀ ਮੈਨੂੰ ਤੁਹਾਨੂੰ ਕੀ ਲੱਗਿਆ, ਮੈਂ ਇੱਕ ਵਿਊ ਲੈਣ ਕਰਕੇ ਉੱਥੇ ਕਹਿ ਆਈ ਹਾਂ, ਜੋ ਮੈਂ ਕਹਿ ਤਾ ਮੈਂ ਕਰਨਾ ਹੈ। ਤਾਂ ਉਸ ਤੋਂ ਬਾਅਦ ਕਿਸੇ ਪਿੰਡ 'ਚ ਕੋਈ ਨਹੀਂ ਆਇਆ, ਨਸ਼ੇ ਵਾਲੇ ਮਗਰ ਨਹੀਂ ਆਇਆ ਕਿ ਨਸ਼ੇ ਵਾਲੇ ਨੂੰ ਜੀ ਛੱਡ ਦਿਓ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਜਦੋਂ ਪੰਜਾਬ ਪੁਲਿਸ ਦਾ ਨਾਮ ਸੁਣਦੇ ਹਾਂ, ਥਾਣੇ ਦਾ ਨਾਮ ਸੁਣਦੇ ਹਾਂ, ਤਾਂ ਇੱਕ ਆਪਦੇ ਆਪ ਦੇ ਵਿੱਚ ਕੰਬਣੀ ਜੀ ਛਿੜ ਜਾਂਦੀ ਹੈ ਕਿ ਯਾਰ ਪੁਲਿਸ ਕਿੱਥੇ ਸਾਨੂੰ ਥਾਣੇ ਦੇ ਵਿੱਚ ਜਾਣਾ ਪਊ, ਜਾਂ ਕਿੱਥੇ ਯਾਰ ਪੁਲਿਸ ਦੇ ਨਾਲ ਪੰਗਾ ਲਵਾਂਗੇ। ਪਰ ਪੁਲਿਸ ਜਿਹੜੀ ਆ ਹਰ ਤਰ੍ਹਾਂ ਦੀ ਆ, ਜਿਵੇਂ ਕਹਿੰਦੇ ਨੇ ਕਿ 5 ਉਂਗਲਾਂ ਇੱਕੋ ਤਰ੍ਹਾਂ ਦੀਆਂ ਨਹੀਂ ਹੁੰਦੀਆਂ, ਤਾਂ ਪੁਲਿਸ ਦੇ ਵਿੱਚ ਪੁਲਿਸ ਕਰਮੀ ਕੁਛ ਇੱਦਾਂ ਦੇ ਵੀ ਨੇ ਜਿਹੜੇ ਸਿਰਫ ਅਤੇ ਸਿਰਫ ਆਪਦੀ ਡਿਊਟੀ ਨੂੰ ਸਮਰਪਿਤ ਨੇ। ਅਤੇ ਇੱਦਾਂ ਦੇ ਹੀ ਲੇਡੀ SHO ਮੈਡਮ ਕਰਮਜੀਤ ਕੌਰ ਨੇ, ਜਿਨ੍ਹਾਂ ਨੇ ਵੀਡੀਓ ਪਿਛਲੇ ਦਿਨਾਂ ਤੁਸੀਂ ਵਾਇਰਲ ਹੁੰਦੀਆਂ ਬੜੀਆਂ ਦੇਖਦੇ ਹੋ, ਜੇ ਉਹ ਪਿੰਡ ਦੇ ਵਿੱਚ ਜਾਂਦੇ ਨੇ ਸਪਸ਼ਟ ਤੌਰ 'ਤੇ ਕਹਿ ਦਿੰਦੇ ਨੇ ਕਿ ਹੁਣ ਇਸ ਪਿੰਡ ਦੇ ਵਿੱਚ ਮੈਂ ਆ ਗਈ, ਇਹ ਇਲਾਕਾ ਹੁਣ ਮੇਰੇ ਜਿਹੜੇ ਹੈਗੇ ਥਾਣੇ ਦੇ ਅਧੀਨ ਪੈਂਦਾ, ਇਦੋਂ ਪਹਿਲਾਂ ਜੋ ਕਰ ਲਿਆ ਕਰ ਲਿਆ, ਇਸ ਤੋਂ ਬਾਅਦ ਨਸ਼ਾ ਵੇਚਣਾ ਨਹੀਂ ਹੈ। ਤਬੰਗਮੀ ਤਰੀਕੇ ਦੇ ਨਾਲ ਜਿਹੜੀ ਉਹ ਡਿਊਟੀ ਕਰਦੇ ਨੇ, ਤਾਂ ਸੋਚਿਆ ਕਿ ਇੱਦਾਂ ਦੇ ਜਿਹੜੇ ਹੈਗਾ ਪੁਲਿਸ ਅਧਿਕਾਰੀਆਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ, ਅਤੇ ਉਹਨਾਂ ਨੂੰ ਹੱਲਾਸ਼ੇਰ ਉਹਨੂੰ ਸਲਾਮ ਸਲਿਊਟ ਜਿਹੜਾ ਜ਼ਰੂਰ ਕੀਤਾ ਜਾਵੇ। ਤਾਂ ਮੈਡਮ ਅੱਜ ਸਾਡੇ ਨਾਲ ਹੋਣਗੇ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ, ਉਸ ਤੋਂ ਬਾਅਦ ਅਗਲੀ ਗੱਲਬਾਤ ਵਧਾਂਗੇ। ਮੈਡਮ ਸਵਾਗਤ ਆ ਰਿਹਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਠੀਕ ਠਾਕ ਹੋ ਤੁਸੀਂ? ਟਾਈਮ ਕੱਢਿਆ, ਬਿਲਕੁਲ ਜੀ ਬਿਲਕੁਲ। ਅੱਛਾ ਸਭ ਤੋਂ ਪਹਿਲਾਂ ਤਾਂ ਮੈਂ ਸਵਾਲ ਹੀ ਇਹ ਕਰਨਾ ਚਾਹੂੰ, ਜਦੋਂ ਮੇਰੇ ਕੋਲ ਵੀ ਵੀਡੀਓ ਪਹੁੰਚਦੀ ਹੈ ਚੈਨਲ ਦੇ ਜ਼ਰੀਏ, ਅਤੇ ਮੈਂ ਸੋਚਿਆ ਵੀ ਯਾਰ ਅਸੀਂ ਫਿਲਮਾਂ ਦੇਖਦੇ ਹੁੰਦੇ ਸੀ, ਉਹ ਅਜੇ ਦੇਵਗਨ ਵਾਲੀ ਦੇਖੀ ਸੀ ਵੀ ਦਬੰਗ ਸਿੰਘਮ ਸੁੰਘਮ, ਮੈਂ ਕਿਹਾ ਯਾਰ ਰੀਅਲ ਦੇ ਵਿੱਚ ਐਡੀ ਦਬੰਗਰੀ ਕਰਨ ਦੇ ਨਾਲ ਕੰਮ ਕਰਨਾ ਕਾਰਨ ਜਿਹੜਾ ਰੀਜ਼ਨ ਹੈਗਾ ਨਾ, ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਤੋਂ, ਮਤਲਬ ਆਪਾਂ ਲੀਨੀਅੰਟ ਹੈ, ਇਹ ਨਹੀਂ ਹੈ ਕਿ ਹਰ ਬੰਦੇ ਨਾਲ ਹੀ ਆਪਾਂ ਇੱਕੋ ਟੋਨ 'ਚ ਗੱਲ ਕਰਨੀ ਹੈ, ਪਰ ਕਿਤੇ ਨਾ ਕਿਤੇ ਜ਼ਰੂਰਤ ਹੁੰਦੀ ਹੈ ਸਖਤੀ ਦੀ। ਲੋਕਾਂ ਨੂੰ ਉਮੀਦ ਹੁੰਦੀ ਹੈ, ਜਦੋਂ ਕਿਤੇ ਫੋਨ ਹੀ ਪੈਂਦਾ ਫਿਰ ਉਹਨਾਂ ਪੁਲਿਸ ਵੱਲ ਭੱਜਦੇ ਕਿ ਜੀ ਚਲੋ ਤੁਹਾਡੇ ਕਹੇ ਤਾਂ ਹੋਣਾ ਹੀ ਆ, ਤਾਂ ਉੱਥੇ ਫਿਰ ਸਾਨੂੰ ਕਦੇ ਨਾ ਕਦੇ ਉਹਨਾਂ ਦੀ ਉਮੀਦ 'ਤੇ ਖਰੇ ਉਤਰਨਾ ਵੀ ਪੈਂਦਾ, ਕਿਉਂਕਿ ਲੋੜ ਹੁੰਦੀ ਹੈ ਸਮੇਂ ਦੀ। ਬਹੁਤੇ ਇਸ ਤਰ੍ਹਾਂ ਦੇ ਕ੍ਰਿਮੀਨਲ ਹੁੰਦੇ ਆ ਜਿਹੜੇ ਤੁਹਾਨੂੰ ਸੌਫਟ ਤਰੀਕੇ ਨਾਲ ਕੋਈ ਵੀ ਰਾਹ ਨਹੀਂ ਦਿੰਦੇ, ਫਿਰ ਉੱਥੇ ਤੁਹਾਨੂੰ ਵਾਰਨਿੰਗ ਕਹਿ ਲਓ ਜਾਂ ਫਿਰ ਸਖਤੀ ਕਹਿ ਲਓ ਕਰਨੀ ਪੈਂਦੀ ਹੈ। ਜੇ ਤੁਸੀਂ ਹਰ ਵਾਰੀ ਕਹਿੰਦੇ ਹੋ ਵੀ ਨਰਮੀ ਨਾਲ ਕੰਮ ਚੱਲ ਜਾਏ, ਨਹੀਂ ਚੱਲਦਾ, ਤੁਸੀਂ ਵੀ ਦੇਖਦੇ ਹੋ ਸ਼ਰੀਫ ਬੰਦਾ ਇੱਕ ਹੱਦ ਤੱਕ ਸ਼ਰੀਫ ਹੁੰਦਾ, ਫਿਰ ਉਹ ਬੋਲ ਪੈਂਦਾ, ਅਤੇ ਇਸ ਤੋਂ ਪਹਿਲਾਂ ਵੀ ਲੋਕ ਆਪਸ ਵਿੱਚ ਉਲਝਣ, ਫਿਰ ਆਪਾਂ ਮੌਕਾ ਵੀ ਸਾਂਭਣਾ ਹੁੰਦਾ ਜੀ। ਔਰ ਸਮੇਂ ਦੀ ਲੋੜ ਵੀ ਹੈ, ਸਮੇਂ ਦੀ ਲੋੜ ਹੈ, ਜੇ ਤੁਸੀਂ ਕਹੋ ਅੱਜ ਦੇ ਸਮੇਂ ਦੀ ਲੋੜ ਹੈ ਕਿ ਪੁਲਿਸ ਦਾ ਜਿਹੜਾ ਰਵੱਈਆ, ਲੋਕ ਕਹਿੰਦੇ ਹਾਂ ਚੰਗੇ ਬੰਦੇ ਨਾਲ ਚੰਗਾ ਬੜਾ ਚੰਗਾ, ਪਰ ਕਿਤੇ ਨਾ ਕਿਤੇ ਤੁਹਾਨੂੰ ਸਖਤ ਹੋਣ ਦੀ ਲੋੜ ਹੈ। ਇਹ ਦਬੰਗੀ ਦੀ ਫਿਰ ਇਹਦੇ ਵਿੱਚ ਪੁਲਿਸ 'ਚ ਆਉਣ ਤੋਂ ਬਾਅਦ ਕਿ ਪਹਿਲਾਂ ਵੀ, ਪਹਿਲਾਂ ਤੋਂ ਵੀ ਖੂਨ 'ਚ ਹੀ? ਦੇਖੋ ਮੈਂ ਨਾ ਜਿਹੜੇ ਇੱਕ ਆਫਿਸਰ ਨੂੰ ਕੰਮ ਕਰਦੇ ਵੀ ਦੇਖਿਆ, ਮੈਂ ਉਹਨਾਂ ਦਾ ਸਪੈਸ਼ਲੀ ਨਾਂ ਲਊਂਗੀ, ਮੇਰਾ ਗੁਰਜੀਤ ਸਿੰਘ ਰਮਾਣਾ DSP, ਤੁਸੀਂ ਕਾਫੀ ਸੁਣਿਆ। ਬਿਲਕੁਲ ਬਿਲਕੁਲ। ਉਹਨਾਂ ਦਾ ਬੜਾ ਸਖਤ ਸਿਸਟਮ ਸੀ, ਔਰ ਬੜੇ ਕਹਿ ਲਓ ਲੋਕ ਉਹਨਾਂ ਦੇ ਨਿਆਂ ਤੋਂ ਖੁਸ਼ ਵੀ ਹੁੰਦੇ ਸੀ। ਮੈਨੂੰ ਉਹਨਾਂ ਨਾਲ ਥੋੜ੍ਹਾ ਟਾਈਮ ਕੰਮ ਕਰਨ ਦਾ ਮੌਕਾ ਵੀ ਮਿਲਿਆ ਸੀ ਰਮਾਣਾ ਸਾਹਿਬ ਨਾਲ। ਹਾਂਜੀ, ਤਾਂ ਉੱਥੋਂ ਮੈਂ ਉਹਨਾਂ ਦਾ ਇਹ ਤਰੀਕਾ ਵੇਖਿਆ ਕਿ ਲੋਕ ਬੜੇ ਸੈਟੀਸਫਾਈ ਹੋ ਕੇ ਜਾਂਦੇ ਨੇ, ਕਿ ਗਲਤ ਨੂੰ ਗਲਤ ਕਹਿਣਾ ਬੜਾ ਉਹਨਾਂ ਨੇ ਸਪਸ਼ਟ ਹੀ ਕਹਿ ਦੇਣਾ, ਔਰ ਲੋਕਪ੍ਰਿਯ ਆਫਿਸਰ ਆਪਾਂ ਕਹਿ ਸਕਦੇ ਹੋ ਸੀ, ਤਾਂ ਉਹਨਾਂ ਕੋਲੋਂ ਮੈਂ ਕੰਮ ਸਿੱਖਿਆ, ਮੈਨੂੰ ਚੰਗਾ ਲੱਗਿਆ, ਔਰ ਰਿਸਪੋਂਸ ਵੀ ਮੈਂ ਦੇਖਿਆ, ਤੁਸੀਂ ਵੀ ਦੇਖਿਆ ਹੋਣਾ, ਪਬਲਿਕ ਦਾ ਰਿਸਪੋਂਸ ਵੀ ਅੱਛਾ। ਲੋਕਾਂ ਨੂੰ ਉਮੀਦ ਹੁੰਦੀ ਹੈ ਸਾਡੇ ਤੋਂ ਕਿ ਜੀ ਜਦੋਂ ਕੋਈ ਬੰਦਾ ਦੱਬਿਆ, ਕੋਈ
कुछ लिया आंदा ते उन्हूं हुंदा वी मेरे नाल स्टैंड बाय होके खड़े कोई तो फिर साडा खड़ना भी बनदा असीं खड़दे वी आ उन्हूं हौसला भी दिंदे आ कोई गल नहीं खड़े आ एक चीज़ हो रहा जदों हुण जिवें कई वारी थाणियां दे विच अक्सर अक्सर ही हुंदा कई वारी कोई इदां दा केस हुंदा जिथे असीं अपने पूरे पूर्ण रूप दे विच समर्पित आ जिवें आपां ऑफ दी रिकॉर्ड भी गल कर रहे सी जदों किते करमजीत जी मतलब पोलीटिकल प्रैशर आ जांदा ना चाहुंदे होए भी सानूं जिहड़ा उह झुकाउ उधर वल करना पैंदा उदों किते ना किते आपदे आप दे विच निराशा हुंदी है। देखो जी जिहड़े पिछले दिन इंसीडेंट हो रहे ने पुलिस दे विच तुसीं की समझदे उहदे नाल किते ना किते निराशा नहीं होई होगी जां पब्लिक दी उम्मीद नहीं टुटी होगी? जरूर टुटी होगी ना वो मतलब किस प्रैशर किसी भी तरह का हो पोलीटिकल का हो फिर यूनियन का हो फिर किसी भी तरह का प्रैशर हो। देखो अंडर प्रैशर तुसी कोई भी बंदा कंफर्टेबल काम नहीं कर सकूगा और समर्पित भी नहीं हो सकता कि आपां नूं सारे नूं सोचना नहीं बनता भी कितने ना कि मनोबल नूं ठेस तो लगी हो ईमानदार अफसरों ने भी लगी हो और चंगे लोगों ने भी लगी हो जिन्होंने उम्मीद की है हुंदा है पर सिचुएशन ला लो पब्लिक की सपोर्ट नाल जां उहनां दे विश्वास नाल कवर हो जाती है। अच्छा नशे के प्रति इन्ने क्यों मतलब नशे प्रति जिवें कहते भी बस पिछे ही पे हुए हैं भी इदू पहला वेच लिया ये भी थोड़े कहीं है ना आते हैं बयान के जो इदू पहला वेच लिया हूँ तो मैं घड़ीस के ले जाऊँ। देखो जिहड़ा पिछे हो गया वो उत्ते आप बहुत बार कहने पाछे जो बीती सो बीती है ना आगे समझ चलो नंद लाल जी है ना पाछे जो बीती सो बीती अपनी लड़ाई किसी बंदे नाल नहीं है किसी इंसान नाल नफरत नहीं है चाहे वह लेडी है जेंट्स है कोई भी है अपनी नफरत है उसके जुर्म नाल जो समाज नूं दे रहा मतलब समाज दे विच किन्ना जहर फैल रहा उस चीज़ नाल यह जहर ही है। मतलब जे उन्हें दो घर के बच्चे भी किसी तो ड्रग लैके चले जाते हैं संसार तो दो घर उजड़ गए अपने लिए दो घर है उन्होंने घर तो जहान ही उजड़ गया ना जिन्हें बच्चे ही नहीं है तो फिर सानू कि ना कि संवेदनशील होना बनता है। इस करके जो इतने लोग आते हैं मतलब मैं देखती हाँ इस तरह लेडीज़ आदि जिन्हों की उम्र महज हले 30 साल होंगी है ब्याह होए नूं 7-8 साल होए होंगे छोटे छोटे बच्चे होंगे ने तो कहते हैं भी हसबैंड नूं तो परवाह ही कोई नहीं बच्चा स्कूल जा रहा कि नहीं फीस भरी जा रही है कि नहीं वो बेचारी झाड़ू पोचा करके जिन्ने क पैसे लैके आँदी वो भी खो लेंगे ने मतलब इस तरह की सिचुएशन देख के कितने ना कितने फिर रूह झंझोड़ी जाती है और वो मेरी नहीं हर एक जागदी जमीर वाले बंदे दी झंझोड़ी जाती है कि यार कुछ ना कुछ करना चाहिए। तो वो असी यह मुहिम शुरू की काफ़ी सारे साढ़े 38 पेशेंट है जो अंडर ट्रीटमेंट ने और असी एक जिहड़ा नवें थॉट ते ट्रीटमेंट भी करवा रहे हो तुसीं? हाँ जी असी जिहड़ा सिविल हॉस्पिटल च डॉक्टर रमन हैगे ने हाँ जी उन्हां दे राहीं असी ट्रीटमेंट भी शुरू कीता होया उन्हां चों साढ़े 4-5 पेशेंट बिल्कुल क्लीन भी हो चुके हैं बट फिर वो परसनल लाइफ का सवाल आ जांदा उन्हां दा आपां नाम नहीं दे सकते वीडियो नहीं दे सकते बिल्कुल दैट्स वाई असी उन्हां नूं मतलब तुहानूं नहीं दे सकते उन्हां दा है साडा शुरू कीता होया जी असी मेरा कोई स्टंट नहीं है मैं ना बड़ा स्पष्ट जिहा फिर बंदा कहंदा भी यार मशहूर होण दा नहीं कोई स्टंट नहीं है मैं कहंदी प्रैक्टिकल मैं जिहड़े लोग हैल्प करना चाहुंदे इस फील्ड च उहनां नूं भी अपील भी है साडी कि तुसीं जे एक एक बंदा अडिक्टड अडोप्ट कर लांगे आपां पर रौला पाउण दी बजाय आपां प्रैक्टिकल कर लईए एक एक बंदा अडिक्टड जिहड़ा आपां अडोप्ट कर लईए कि इहनूं आपां वॉश करना है इहदा ट्रीटमेंट भी करवाउणा है इहनूं हैल्प भी देणी है उहनूं मैंटली सपोर्ट भी क्योंकि जदों कोई बंदा अडिक्टड हो जांदा सारिआं नूं पता है उह इक स्कैट्रिक पेशेंट भी हो जांदा बिल्कुल तो उन्हें मैंटली सपोर्ट की बहुत जरूरत होंगी है क्योंकि उन्होंने समाज वालों भी नफरत घरद्या वालों भी नफरत तो वो इस चीज़ करके ना बड़ा जिमें कह लो खुल के दसदा नहीं बड़ा शर्माकल तो मतलब बंदा हों अपने आपको लुका लग जाता वो सिर्फ अपनी कंपनी में पसंद करता उन्होंने उतों ही सपोर्ट मिलती है नशेड़ी बंद नशेड़ियों तो सपोर्ट मिलती है उत्थे बहना पसंद करूगा जो आप थोड़ा जहा कंफर्टेबल माहौल लै आवेंगे तो ये तो एक थॉट भी हैगा मेरे को मतलब साढ़े को चल रहा है जिन्हों तुम जेडे सारे ही मतलब अनोनिम कहते उन्होंने जेडे है अडिक्टड उन्होंने की है जेडे बंद ने अपने आपू वॉश कर लिया जेडे मुंडे वो लड़के अगे नशेड़ी लड़कियों ट्रेंड करते हैं क्योंकि वो उन्होंने प्रॉब्लम तो जी सेंसिटिविटी वो बड़ी वधिया समझ सकते होंगे ने और काउंसलिंग भी करते साढ़े इतने गोनियाणा भी चल रहा ओके साढ़े गोनियाणा भी असं उन्होंने जगह प्रोवाइड की है कि वो कट्ठे होकर मीटिंग करते हैं कि फिर वो अपनी प्रॉब्लम शेयर करते भी जर मैनू किसी ने टोंट मारे या मैं ये कहते हैं लोग कहें भी हूँ कितों छड देगा वो अपने नॉर्मल बंदे नूं वो प्रॉब्लम्स नहीं दस सकते जिहड़ियां उन्हां नूं दसदे ने क्योंकि वो समझदे ने ना आपस विच इस करके असीं इक्के थॉट ते शुरू काम कीता होया सैकंड साडा बेचण वाले वास्ते रवैया सारिआं नूं ही पता है सेम ही है बेचण वाले वास्ते कोई लिहाज नहीं है क्योंकि असीं कहने आं बड़ा मैं भी ये सोचदी हुंदी आं भी जे जदों असीं बेचण वाले बंदे ते परचा भी दिंदे आं असीं उहदे बच्चिआं बारे भी तां सोचदे आं कि यार इहदे बच्चे पर सानूं कितें ना कितें मजबूर हुंदे कि उहदे दो बच्चे बेसहारा हुंदे ने पर उह किन्ने लोकां नूं बेसहारा कर दिंदा बंदा तो उन्होंने असं पहला मौका भी दें कि तू आपे अपने अपने काम तो समझ जा तो फिर
ਉਹਦੀ ਮਦਰ ਨਾਲ ਕਹਿੰਦੇ ਜੀ ਸੋਚੋ ਮੈਂ ਕਿਹਾ ਵੀ ਕਿਸ ਕੰਮ ਆਏ ਹੋ ਕਹਿੰਦੇ ਜੀ ਅਸੀਂ ਉਹ ਮੈਂ ਕਿਹਾ ਵੀ ਤੁਹਾਨੂੰ ਇਸ ਕੰਮ ਵਾਸਤੇ ਦਫ਼ਤਰਾਂ ਨੂੰ ਕਿਹਨੇ ਕਿਹਾ ਸੀ ਗੈਟ ਆਊਟ ਤੋ ਮਤਲਬ ਉਹਨਾਂ ਨੂੰ ਬੜਾ ਖੜ੍ਹੇ ਹੋਣਾ ਮੁਸ਼ਕਲ ਹੋ ਗਿਆ ਦਫ਼ਤਰ 'ਚ ਮੈਂ ਕਿਹਾ ਵੀ ਮੈਨੂੰ ਤੁਹਾਨੂੰ ਕੀ ਲੱਗਿਆ ਮੈਂ ਇੱਕ ਵਿਊ ਲੈਣ ਕਰਕੇ ਉੱਥੇ ਕਹਿ ਆਈ ਹਾਂ ਵੀ ਜੋ ਮੈਂ ਕਹਿ ਤਾ ਮੈਂ ਕਰਨਾ ਹੈ ਵੀ ਤੁਹਾਡੀ ਮੈਂ ਤੁਹਾਡੇ ਪਿੰਡ 'ਚ ਵੀ ਦੱਸ ਦੇਣਾ ਵੀ ਤੁਸੀਂ ਤੁਸੀਂ ਆਏ ਸੀ ਤੋ ਉਸ ਤੋਂ ਬਾਅਦ ਕਿਸੇ ਪਿੰਡ 'ਚ ਕੋਈ ਨਹੀਂ ਆਇਆ ਨਸ਼ੇ ਵਾਲੇ ਮਗਰ ਨਹੀਂ ਆਇਆ ਕਿ ਨਸ਼ੇ ਵਾਲੇ ਨੂੰ ਜੀ ਛੱਡ ਦਿਓ ਸਗੋਂ ਸਪੋਰਟ ਕਰ ਦਿੰਦੇ ਨੇ ਦੱਸਣ ਤਾਂ ਆ ਜਾਂਦੇ ਨੇ ਕਿ ਜੀ ਤੁਸੀਂ ਥੋੜ੍ਹਾ ਦੇਖੋ ਇੱਕ ਚੀਜ਼ ਹੋਰ ਵੀ ਆ ਮਤਲਬ ਪੁਲਿਸ 'ਤੇ ਇੱਕ ਬੜਾ ਜਿਵੇਂ ਹੁਣ ਅਸੀਂ ਲੋਕਾਂ ਦੇ ਵਿੱਚ ਜਾ ਕੇ ਗੱਲਬਾਤ ਕਰਦੇ ਹਾਂ ਪੁਲਿਸ 'ਤੇ ਬੜਾ ਨਾ ਇੱਕ ਸਵਾਲੀਆ ਚਿੰਨ ਖੜਾ ਹੁੰਦਾ ਕਿ ਯਾਰ ਕੀ ਫੜਾ ਦਈਏ ਪੁਲਿਸ ਉਹਦੀ ਛੱਡ ਦਿੰਦੀ ਹੈ ਕੀ ਫੜਾ ਦਈਏ ਪੁਲਿਸ ਪੈਸੇ ਲੈ ਕੇ ਛੱਡ ਦਿੰਦੀ ਹੈ ਇਹ ਚੀਜ਼ ਬੜੀ ਪੁਲਿਸ 'ਤੇ ਲੱਗਦੀ ਹੈ ਜਿਹੜਾ ਦੇਖੋ ਤੁਹਾਨੂੰ ਛੋਟਾ ਜਿਹਾ ਇੰਸੀਡੈਂਟ ਦੱਸਦੀ ਹਾਂ ਇੱਥੇ ਕਿਸੇ ਪਿੰਡ ਦੀ ਕੋਈ ਕਮੇਟੀ ਸੀ ਮੈਨੂੰ ਕਹਿੰਦੇ ਜੀ ਐਂ ਕਰਕੇ ਬੰਦਾ ਇਸ ਰਸਤੇ ਲੰਘਣਾ ਤੇ ਤੁਸੀਂ ਸਾਡੀ ਕਾਇੰਡਲੀ ਹੈਲਪ ਕਰੋ ਮੈਂ ਕਿਹਾ ਹਾਂਜੀ ਮੈਂ ਅੱਗੇ ਖੜੀ ਹਾਂ ਅੱਗੇ ਤਾਂ ਨਹੀਂ ਮੈਂ ਲੰਘਣ ਦਿੰਦੀ ਪਿੱਛੇ ਚਲੋ ਤੁਸੀਂ ਖੜੇ ਹੋ ਅੱਧੇ ਘੰਟੇ ਬਾਅਦ ਮੈਂ ਫੋਨ ਕਰਿਆ ਮੈਂ ਕਿਹਾ ਜੀ ਬੰਦਾ ਕਹਿੰਦੇ ਜੀ ਬੰਦਾ ਤਾਂ ਨਹੀਂ ਮੇਰਾ ਚਿੱਟਾ ਤੇ ਕੰਡਾ ਸਿੱਟ ਕੇ ਭੱਜ ਗਿਆ ਮੈਂ ਕਿਹਾ ਤੁਸੀਂ ਕਿੰਨੇ ਜਾਣੇ ਸੀ ਕਹਿੰਦੇ ਜੀ ਅਸੀਂ ਹੈਗੇ 15-20 ਜਾਣੇ ਮੈਂ ਕਿਹਾ ਵੀ ਹੁਣ ਤੁਹਾਨੂੰ ਇੱਕ ਸਵਾਲ ਮੈਂ ਜਵਾਬ ਸਮਝ ਆ ਗਿਆ ਕਹਿੰਦੇ ਜੀ ਕੀ ਮੈਂ ਕਿਹਾ ਤੁਸੀਂ ਅਕਸਰ ਕਹਿੰਦੇ ਹੋ ਵੀ ਪੁਲਿਸ ਵਾਲੇ ਜੀ ਭਜਾਤਾ ਜੀ ਛੱਡਤਾ ਮੈਂ ਕਿਹਾ ਹੁਣ ਤੁਹਾਡੇ ਤੇ ਕੋਈ ਸਵਾਲ ਕਰਨ ਵਾਲਾ ਨਹੀਂ ਹੈਗਾ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਬੰਦੇ ਸਾਹਮਣੇ ਵਾਲਾ ਕਿੰਨਾ ਛਾਤਰ ਹੁੰਦਾ ਤੇ ਕਿੰਨਾ ਅਲਰਟ ਰਹਿਣਾ ਪੈਂਦਾ ਨੋ ਡਾਊਟ ਅਸੀਂ ਟ੍ਰੇਨਡ ਹੁੰਦੇ ਹਾਂ ਅਸੀਂ ਕਰਦੇ ਵੀ ਹਾਂ ਕੈਪਚਰ ਪਰ ਕਿਤੇ ਨਾ ਕਿਤੇ ਕਈ ਵਾਰੀ ਇਸ ਤਰ੍ਹਾਂ ਦੀ ਘਟਨਾ ਹੋ ਜਾਵੇ ਸਾਰੇ ਰੌਲਾ ਪਾ ਦਿੰਦਾ ਜੀ ਇਹ ਕਰਤਾ ਜੀ ਛੱਡਤਾ ਰੀਜ਼ਨ ਕੀ ਹੁੰਦਾ ਸੈਕਿੰਡ ਜਿਹੜਾ ਅੱਜ ਕੱਲ੍ਹ ਦਾ ਟ੍ਰੈਂਡ ਹੈ ਬੰਦਾ ਫੜਿਆ ਉਹਦੀ ਨਾਲ ਦੀ ਨਾਲ ਵੀਡੀਓ ਬਣਾਈ ਉਹਦੀ ਵੀਡੀਓ ਤਾਂ ਸਾਰੇ ਕਿਤੇ ਪਹਿਲਾਂ ਹੀ ਵਾਇਰਲ ਹੋਈ ਹੁੰਦੀ ਹੈ ਫਿਰ ਉਹਨੂੰ ਤੁਸੀਂ ਕਿੱਥੇ ਸਾਬਤ ਕਰੋਗੇ ਕਿ ਉਹ ਕੀ ਹੈ ਕੀ ਨਹੀਂ ਹੈ ਅਤੇ ਕਿੱਥੇ ਉਹਨੇ ਸਾਬਤ ਹੋਣਾ ਸੈਕਿੰਡ ਥਰਡ ਜਿਹੜਾ ਅੱਜ ਕੱਲ੍ਹ ਪਲੀ ਲੈਂਦੇ ਦੋਸ਼ੀ ਉਹ ਕੋਰਟ 'ਚ ਜਾ ਕੇ ਸਿੱਧਾ ਹੀ ਕਹਿ ਦਿੰਦੇ ਆ ਜੀ ਸਾਨੂੰ ਤਾਂ ਕਮੇਟੀ ਵਾਲਿਆਂ ਨੇ ਕੁੱਟਿਆ ਚਾਹੇ ਕਮੇਟੀ ਵਾਲਿਆਂ ਨੇ ਕੁਛ ਵੀ ਨਹੀਂ ਕਿਹਾ ਹੱਥ ਵੀ ਨਾ ਲਾਇਆ ਹੋਵੇ ਉਹਨਾਂ ਨੂੰ ਸਿਰਫ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਸਾਡੇ ਨਿਗਾਹ ਕਿਉਂ ਰੱਖਦੇ ਆ ਸਾਡਾ ਧਿਆਨ ਕਿਉਂ ਰੱਖਦੇ ਆ ਉਹ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਵਕੀਲ ਸਾਹਿਬ ਨੂੰ ਤਾਂ ਅਸੀਂ ਪੂਰੀ ਫੀਸ ਦਿੱਤੀ ਉਹਨਾਂ ਨੇ ਜਾ ਕੇ ਦੱਸਣਾ ਹੁੰਦਾ ਸਾਨੂੰ ਜੀ ਕਮੇਟੀ ਵਾਲਿਆਂ ਨੇ ਕੁੱਟਤਾ ਉਹ ਜੱਜ ਸਾਹਿਬ ਆਰਡਰ ਹੀ ਪਾ ਦਿੰਦੇ ਨੇ ਕਿ ਜੀ ਇਹਨਾਂ ਦੇ ਖਿਲਾਫ਼ ਕਾਰਵਾਈ ਕਰੋ ਹਾਲਾਂਕਿ ਸਾਡੀ ਪੁੱਛਗਿੱਛ ਦੇ ਵਿੱਚ ਤਾਂ ਕਦੇ ਵੀ ਨਹੀਂ ਦੱਸਦੇ ਕਿ ਸਾਨੂੰ ਕੁੱਟਿਆ ਜਾਂ ਸਾਨੂੰ ਕਿਹਾ ਅਸਲ 'ਚ ਕੋਈ ਵੀ ਬੰਦਾ ਇਹ ਰਿਸਕ ਨਹੀਂ ਲੈਂਦਾ ਇਹ ਇੱਕ ਦੋ ਇੰਸੀਡੈਂਟ ਇਹੋ ਜਿਹੇ ਹੋ ਗਏ ਤੁਹਾਨੂੰ ਪਤਾ ਉਸ ਤੋਂ ਬਾਅਦ ਡਾਇਰੈਕਟ ਉਹ ਕੁੱਟਣ ਮਾਰਨ ਵਾਲਾ ਕੰਮ ਨਹੀਂ ਕਰਦੇ ਉਹ ਵਾਰਨਿੰਗ ਦਿੰਦੇ ਜਾਂ ਫਿਰ ਉਹ ਧਿਆਨ ਰੱਖਦੇ ਕਿ ਮੋਟਰਸਾਈਕਲ ਲੈ ਕੇ ਗਿਆ ਹੁਣ ਇਹਨੇ ਆਉਣਾ ਹੈ ਇਹਨੇ ਮਾਲ ਕਿੱਥੋਂ ਲੈਣਾ ਇਸ ਚੀਜ਼ ਦੀ ਵੇਚਣ ਵਾਲੇ ਤਕਲੀਫ ਮੰਨਦੇ ਆ ਇਹ ਫਿਰ ਇਹਦੀ ਪਲੀ ਕਿੱਥੇ ਲੈਂਦੇ ਕੋਰਟ 'ਚ ਜਾ ਕੇ ਆ ਮੇਰੇ ਕੋਲ ਪਿੱਛੇ ਜੇ ਇੱਕ ਪਰਚਾ ਦਰਜ ਹੋਇਆ ਅਤੇ ਦੋਸ਼ੀਆਂ ਦੇ ਉਹਨੂੰ ਸੀਗਾ ਡੋਪ ਟੈਸਟ ਉਹਦਾ ਪੋਜ਼ਿਟਿਵ ਹੀ ਆਇਆ ਸੀ ਚਿੱਟਾ ਪੀਂਦਾ ਸੀ ਉਹ ਬੰਦਾ ਉਹਨੂੰ ਤੋੜ ਲੱਗੀ ਤਾਂ ਉਹਨਾਂ ਮਤਲਬ ਹੱਥ ਆਕੜ ਗਏ ਆਕੜ ਜਾਂਦੇ ਥੋੜ੍ਹੇ ਜਿਹੇ ਤੋ ਜੱਜ ਸਾਹਿਬ ਉਹਨੂੰ ਸਪੈਸ਼ਲੀ ਪੁੱਛਣ ਸੱਦ ਕੇ ਆ ਜਾ ਦੱਸ ਕਿੱਥੋਂ ਫੜਿਆ ਤੈਨੂੰ ਕਿਵੇਂ ਫੜਿਆ ਤੇਰੇ ਹੱਥਾਂ ਦਿਖਾ ਹੱਥ ਠੀਕ ਹੈ ਹੱਥ ਕਿਉਂ ਕੰਬਦੇ ਆ ਹੱਥ ਕਿਉਂ ਆਕੜੇ ਆ ਉਹਨੇ ਇਹ ਨਹੀਂ ਦੱਸਿਆ ਜੀ ਮੈਨੂੰ ਤੋੜ ਲੱਗ ਕਰਕੇ ਕਹਿੰਦਾ ਜੀ ਮੈਨੂੰ ਕਮੇਟੀ ਵਾਲਿਆਂ ਨੇ ਕੁੱਟਿਆ ਸੀ ਅੱਛਾ ਨਸ਼ਾ ਜਿਹੜਾ ਉਹ ਕਮੇਟੀ ਆਹ ਜਿਹੜੇ ਨਸ਼ਾ ਵਿਰੋਧੀ ਕਮੇਟੀ ਇਹਨਾਂ ਨੇ ਮੈਨੂੰ ਕੁੱਟਿਆ ਜੱਜ ਸਾਹਿਬ ਨੇ ਸਿੱਧਾ ਹੀ ਆਰਡਰ ਪਾ ਦਿੱਤਾ ਕਿ ਜੀ ਇਹਨਾਂ ਦੇ ਖਿਲਾਫ਼ ਕਾਰਵਾਈ ਕਰੋ ਮੈਂ ਕਿਹਾ ਜੀ ਜਿਹੜੀ ਕਮੇਟੀ ਦਾ ਨਾਂ ਲੈਂਦਾ ਉਹ ਪਹਿਲੀ ਤਾਂ ਆਪਣੀ ਜੁਰੀਡਿਕਸ਼ਨ 'ਚ ਨਹੀਂ ਹੈ ਮੈਂ ਜਦੋਂ ਆਰਡਰ ਪੜਿਆ ਅਤੇ ਸੈਕਿੰਡ ਮੈਂ ਕਿਹਾ ਵੀ ਇਸ ਬੰਦੇ ਨੇ ਆਪਾਂ ਨੂੰ ਕਿਤੇ ਵੀ ਨਹੀਂ ਦੱਸਿਆ ਵੀ ਜੀ ਮੈਨੂੰ ਕੁੱਟਿਆ ਉੱਥੇ ਦੱਸਤਾ ਮਤਲਬ ਉੱਥੇ ਬੋਲਤਾ ਉਹਨਾਂ ਨੂੰ ਪਤਾ ਵੀ ਜਦੋਂ ਉੱਥੋਂ ਆਰਡਰ ਪੈ ਗਿਆ ਸਿੱਧੀ ਕਾਰਵਾਈ ਹੋਈ ਨਹੀਂ ਆ ਪੰਗਾ ਪਬਲਿਕ ਦਾ ਤੇ ਪੁਲਿਸ ਦਾ ਪੈਣਾ ਜਦੋਂ ਇਹਨਾਂ ਨੇ ਮਤਲਬ ਨਸ਼ਾ ਵਿਰੋਧੀ ਕਮੇਟੀ ਤੇ ਕਾਰਵਾਈ ਕਰਨੀ ਹੈ ਤੇ ਫਿਰ ਪਬਲਿਕ ਦੇ ਵਿੱਚ ਮੈਸੇਜ ਇਹ ਜਾਣਾ ਵੀ ਜੀ ਇਹ ਤਾਂ ਨਸ਼ੇ ਵਾਲਿਆਂ ਨਾਲ ਰਲੇ ਹੋਏ ਆ ਮਤਲਬ ਕਿਤੇ ਨਾ ਕਿਤੇ ਇਹ ਵੀ ਕਿਤੇ ਨਾ ਕਿਤੇ ਹੱਥ ਬੰਨ ਪਲੀ ਲੈਂਦੇ ਆ ਹਾਂ ਕੋਰਟ 'ਚ ਜਾ ਕੇ ਪਲੀ ਲੈਂਦੇ ਆ ਚਾਹੇ ਆਪਾਂ ਵਕੀਲ ਸਾਹਿਬ ਵੀ ਦੇਖੋ ਉਹਨਾਂ ਦਾ ਆਪਣਾ ਪ੍ਰੋਫੈਸ਼ਨ ਆ ਉਹਨਾਂ ਦਾ ਧਰਮ ਹੈ ਕਿ ਬੰਦੇ ਨੂੰ ਬਚਾਉਣਾ ਪਰ ਕਿਤੇ ਨਾ ਕਿਤੇ ਆਪਾਂ ਪਬਲਿਕ ਦੀ ਕਹਿ ਲਈਏ ਰਿਕੁਐਸਟ ਹੁੰਦੀ ਹੈ ਵੀ ਥੋੜ੍ਹਾ ਜਿਹਾ ਦੇਖਿਆ ਜਾਵੇ ਵਿਚਾਰਿਆ ਜਾਵੇ ਵੀ ਸੱਚ ਕੀ ਹੈ ਅਜੇ ਇੱਕ ਚੀਜ਼ ਹੋਰ ਆ ਕਿ ਜਿਵੇਂ ਕਈ ਵਾਰੀ ਵੀ ਕਹਿੰਦੇ ਵੀ ਯਾਰ ਪੁਲਿਸ 'ਤੇ ਹੱਥ ਬੰਨਿਆ ਇੱਦਾਂ ਦੇ ਕੁਝ ਕੇਸ ਹੁੰਦੇ ਵੀ ਜਿੱਥੇ ਪੁਲਿਸ 'ਤੇ ਕਰੇ ਯਾਰ ਵੀ ਪੁਲਿਸ ਦੇ ਹੱਥ ਬੰਨਿਆ ਹੁਣ ਪੁਲਿਸ 'ਤੇ ਕੁਛ ਨਹੀਂ ਕਰ ਦੇਖੋ ਜੀ ਜਿਹੜੇ ਬੰਦੇ ਨੇ ਉੱਥੇ ਕੋਰਟ 'ਚ ਜਾ ਕੇ ਕਿਹਾ ਮੰਨ ਲਓ ਕੋਰਟ 'ਚ ਜਾ ਕੇ ਕਹਿਤਾ ਜੀ ਮੈਨੂੰ ਕਮੇਟੀ ਨੇ ਕੁੱਟਿਆ ਉਹ ਬੰਦਾ ਦੱਸ ਰਿਹਾ ਮੈਂ ਮੋਟਰਸਾਈਕਲ ਤੋਂ ਡਿੱਗਿਆ ਓਬਵੀਅਸਲੀ ਉਹਦੇ ਫ੍ਰੈਕਚਰ ਤਾਂ ਆਉਣਾ ਹੀ ਆ ਫ੍ਰੈਕਚਰ ਜੇ ਆ ਗਿਆ ਤੇ ਕੋਰਟ ਨੇ ਤਾਂ ਆਰਡਰ ਪਾ ਦੇਣਾ ਕਮੇਟੀ ਤੇ ਪਰਚਾ ਦੇ ਦਿਓ ਜਦੋਂ ਪਰਚਾ ਦੋਗੇ ਤਾਂ ਸਮਾਜ 'ਚ ਬਵਾਲ ਨਹੀਂ ਖੜਾ ਹੋ ਜਾਊਗਾ
ਵੀ ਸਮਾਜ ਦੇ ਵਿੱਚ ਮੈਸੇਜ ਕਿਸ ਤਰ੍ਹਾਂ ਦਾ ਜਾਊਗਾ ਤੋ ਇੱਕ ਵਾਰੀ ਤਾਂ ਅਸੀਂ ਸਾਰੇ ਕਹਿੰਦੇ ਹਾਂ ਹਾਂ ਅਸੀਂ ਨਸ਼ਾ ਵਿਰੋਧੀ ਹਾਂ ਤੁਸੀਂ ਵੀ ਕਹਿੰਦੇ ਹੋ ਥਰਡ ਪਰਸਨ ਵੀ ਕਹਿੰਦਾ ਪਰ ਕਿਤੇ ਨਾ ਕਿਤੇ ਇਹ ਬੰਦੇ ਜਿਹੜੇ ਸ਼ਰਾਰਤ ਕਰਦੇ ਇਹਨਾਂ ਦੀ ਸ਼ਰਾਰਤ ਵੀ ਦੇਖਣ ਯੋਗ ਹੁੰਦੀ ਹੈ ਨਾ ਵੀ ਕਿਵੇਂ ਕਰਦੇ ਨੇ ਕਿਵੇਂ ਉਲਝਾ ਲੈਂਦੇ ਨੇ ਕੋਰਟ ਦੇ ਵਿੱਚ ਜਵਾਬ ਮੈਂ ਦੇਣਾ ਜਾਂ ਆਈ ਉਹਨੇ ਦੇਣਾ ਜਾਂ ਸੱਚ ਉਹਨੇ ਦੇਣਾ ਤੇ ਉੱਥੇ ਤਾਂ ਕਮੇਟੀ ਦਾ ਕੋਈ ਰੋਲ ਨਹੀਂ ਹੈ ਜੁਡੀਸ਼ਰੀ ਚਲਾ ਜਾਊਗਾ ਤੇ ਪਰ ਉਹਨੇ ਤਾਂ ਪ੍ਰੋਬਲਮ ਖੜੀ ਕਰਤੀ ਨਾ ਬਿਲਕੁਲ ਬਿਲਕੁਲ ਅੱਛਾ ਇਸ ਲਾਈਨ ਵੱਲ ਸ਼ੁਰੂ ਤੋਂ ਸੋਚਿਆ ਸੀ ਵੀ ਪੁਲਿਸ ਵੀ ਟੋਪੀ ਸਿਰ ਤੇ ਪੁਲਿਸ ਦੀ ਨਹੀਂ ਜੇ ਤੁਸੀਂ ਸੱਚ ਪੁੱਛੋ ਤਾਂ ਮੈਂ ਨਹੀਂ ਸੋਚਿਆ ਸੀ ਜਦੋਂ ਮੇਰੀ ਇੱਧਰ ਸਿਲੈਕਸ਼ਨ ਹੋ ਗਈ ਅਤੇ ਉਸ ਤੋਂ ਬਾਅਦ ਕੀ ਹੋਇਆ ਮਤਲਬ ਆਪਾਂ ਡਾਇਰੈਕਟ ਜਦੋਂ ਸਬ ਇੰਸਪੈਕਟਰ 17 ਦੇ ਵਿੱਚ ਸਾਡੀ ਜੁਆਇਨਿੰਗ ਹੋਈ ਲੱਗਦਾ ਨਹੀਂ ਸੀ ਮਤਲਬ ਸਾਰਿਆਂ ਨੂੰ ਲੱਗਦਾ ਸੀ ਵੀ ਲੇਡੀਜ਼ ਦੇ ਬੱਸ ਦਾ ਰੋਗ ਨਹੀਂ ਹੈ ਥਾਣਾ ਚਲਾਉਣਾ ਐਸ ਐਚ ਓ ਤੁਹਾਨੂੰ ਲੱਗਦਾ ਸੀ ਮੈਨੂੰ ਲੱਗਦਾ ਸੀ ਵੀ ਜੇ ਆਪਾਂ ਕੰਮ ਅਸੂਲ ਦੇ ਅਕੋਰਡਿੰਗ ਕਰੀਏ ਤਾਂ ਕੋਈ ਔਖਾ ਨਹੀਂ ਪਰ ਜਿਹੜੀਆਂ ਪ੍ਰੋਬਲਮਸ ਲੋਕ ਸੋਚਦੇ ਨੇ ਉਹ ਹੈ ਵੀ ਹੈ ਕਿਤੇ ਨਾ ਕਿਤੇ ਮਤਲਬ ਟੈਕਲ ਕਰਨੀਆਂ ਪੈਂਦੀਆਂ ਔਰ ਲੇਡੀਜ਼ ਨੂੰ ਜ਼ਿਆਦਾ ਟੈਕਲ ਇਸ ਕਰਕੇ ਕਰਨਾ ਪੈਂਦਾ ਕਿਉਂਕਿ ਤੁਹਾਡਾ ਜਿਹੜਾ ਵਾਹ ਆ ਤੁਸੀਂ ਮੋਸਟਲੀ ਦੇਖਣਾ ਥਾਣਿਆਂ ਦੇ ਵਿੱਚ ਹੁਣ ਮੇਰੀ ਪੋਸਟਿੰਗ ਹੋਣ ਕਰਕੇ ਲੇਡੀਜ਼ ਤੁਸੀਂ ਦੇਖਿਆ ਹੋਣਾ ਥੋੜ੍ਹੀਆਂ ਬਹੁਤੀਆਂ ਆਉਣ ਲੱਗ ਗਈਆਂ ਅਦਰਵਾਈਜ਼ ਜ਼ਿਆਦਾਤਰ ਜੈਂਟਸ ਹੀ ਆਉਂਦੇ ਆ ਉਹਨਾਂ ਦਾ ਕਿ ਉਹ ਵੀ ਕੰਫਰਟੇਬਲ ਮਾਹੌਲ ਚਾਹੁੰਦੇ ਹੁੰਦੇ ਨੇ ਕਿ ਸਾਨੂੰ ਕੰਫਰਟੇਬਲੀ ਹੁਣ ਆਪਾਂ ਗੱਲਬਾਤ ਤਾਂ ਕੰਫਰਟੇਬਲ ਕਰ ਲੈਂਦੇ ਹਾਂ ਮਤਲਬ ਜੇ ਉਹ ਕਹਿੰਦੇ ਵੀ ਜਿਵੇਂ ਕਿਸ ਚੋਂ ਨਾ ਕਈਆਂ ਦੀ ਦੋਸਤੀ ਹੁੰਦੀ ਆ ਆਈ ਉਹਨਾਂ ਦੋਸਤੀ ਹੁੰਦੀ ਉਹ ਕਿਤੇ ਨਾ ਕਿਤੇ ਉਹਨਾਂ ਦਾ ਫਿਰ ਗੈਪ ਰਹਿਣਾ ਹੀ ਹੁੰਦਾ ਬਿਲਕੁਲ ਉਹ ਫਿਰ ਉਹਨਾਂ ਦਾ ਕਿਤੇ ਨਾ ਕਿਤੇ ਗੈਪ ਵੀ ਖਰ ਰਹਿ ਜਾਂਦਾ ਪਰ ਨਹੀਂ ਜੇ ਆਪਾਂ ਕੰਮ ਵਾਲੇ ਪਾਸੇ ਕਹੀਏ ਫਿਰ ਕੰਮ ਵਾਲੇ ਪਾਸੇ ਜ਼ਰੂਰ ਮਤਲਬ ਤੁਸੀਂ ਪਬਲਿਕ ਦੇ ਵਿਊ ਲੈ ਲਓ ਮੈਂ ਨਹੀਂ ਕੁਛ ਕਹਿ ਸਕਦੀ ਹਾਂ ਨਾ ਕਿ ਸੈਟੀਸਫਾਈ ਹੋ ਕੇ ਜਾਂਦੇ ਨੇ ਜੇ ਮੈਂ ਕਹੂੰਗੀ ਤਾਂ ਇਹ ਗੱਲ ਠੀਕ ਨਹੀਂ ਪਰ ਫਿਰ ਮੈਂ ਕੰਮ ਨੂੰ ਜ਼ਿਆਦਾ ਫੋਕਸ ਕੀਤਾ ਹੋਇਆ ਆਪਣਾ ਕਿ ਕੰਮ ਕਰਦੇ ਰਹੋ ਦੇਖੋ ਬੰਦਾ ਸਾਹਮਣੇ ਵਾਲੇ ਦੀ ਆਪਾਂ ਇਹ ਨਹੀਂ ਕਹਿੰਦੇ ਉਹਦੀ ਸੋਚ ਗਲਤ ਹੈ ਉਹ ਹੋ ਸਕਦਾ ਆਪਣੇ ਥਾਂ 'ਤੇ ਸਹੀ ਹੋਵੇ ਜਿਵੇਂ ਮੈਂ ਇੱਕ ਲਾਈਨ ਕਿਸੇ ਬੁੱਕ 'ਚ ਪੜ੍ਹੀ ਸੀ ਕਹਿੰਦੇ ਵੀ ਮੈਂ ਆਪਣੇ ਸਾਈਡ ਤੋਂ ਖੜ ਕੇ ਵੇਖਿਆ ਤੇ ਧਰਤੀ ਦੂਜੇ ਸਾਈਡ ਤੋਂ ਉਲਟੇ ਲੋਕ ਦਿਸ ਰਹੇ ਸੀ ਜਦੋਂ ਮੈਂ ਉਸ ਸਾਈਡ ਗਿਆ ਤਾਂ ਸਾਰਾ ਕੁਝ ਸਿੱਧਾ ਸੀ ਬਿਲਕੁਲ ਉਹ ਸੋਚ ਹੈ ਉਹਨਾਂ ਦੀ ਆਪਣੀ ਸੋਚ ਦੀ ਥਾਂ ਹੋ ਸਕਦਾ ਉਹ ਸਹੀ ਹੋਣ ਪਰ ਆਪਾਂ ਫਿਰ ਦਾਇਰੇ 'ਚ ਰਹਿ ਕੇ ਕੰਮ ਕਰਨਾ ਹੁੰਦਾ ਉਹਦੇ ਅਕੋਰਡਿੰਗ ਚੱਲਣਾ ਹੁੰਦਾ ਇਸ ਕਰਕੇ ਕਿਤੇ ਨਾ ਕਿਤੇ ਗੈਪ ਰਹਿ ਵੀ ਜਾਂਦਾ ਮੁਸ਼ਕਲਾਂ ਦਿੱਕਤਾਂ ਆਈਆਂ ਜਿਵੇਂ ਤੁਸੀਂ ਕਹਿੰਦੇ ਸੀ ਕਿ ਇੱਕ ਔਰਤ ਲਈ ਕਈ ਵਾਰੀ ਮੈਨੂੰ ਵੀ ਲੱਗਦਾ ਸੀ ਕਿ ਥਾਣਾ ਚਲਾਉਣਾ ਸੌਖਾ ਨਹੀਂ ਮੁਸ਼ਕਲਾਂ ਦਿੱਕਤਾਂ ਪ੍ਰੋਬਲਮਸ ਆਉਂਦੀਆਂ ਦੇਖੋ ਜਦੋਂ ਤੁਸੀਂ ਸ਼ਾਮ ਦੇ ਟਾਈਮ 'ਤੇ ਆਪਾਂ ਕਈ ਵਾਰ ਨਾਕਾ ਲਾਇਆ ਹੁੰਦਾ ਜਾਂ ਆਪਾਂ ਚੈਕਿੰਗ ਕਰਦੇ ਹਾਂ ਵਹੀਕਲਸ ਦੀ ਅਤੇ ਉੱਥੇ ਆਪਾਂ ਨਾ ਕਈ ਵਾਰੀ ਮਤਲਬ ਇਸ ਤਰ੍ਹਾਂ ਜਿਵੇਂ ਕਿਸੇ ਨੇ ਡਰਿੰਕ ਕੀਤੀ ਆ ਜਾਂ ਜ਼ਿਆਦਾ ਕੋਈ ਹੈ ਨਾ ਇਸ ਤਰ੍ਹਾਂ ਨਸ਼ਾ ਕਰਕੇ ਗੱਡੀ ਚਲਾ ਰਿਹਾ ਉਹ ਹੁਣ ਆਪਾਂ ਨੂੰ ਤਾਂ ਇਹ ਕਹਿ ਨਹੀਂ ਸਕਦਾ ਆਮ ਪੁਲਿਸ ਨੂੰ ਜੈਂਟਸ ਨੂੰ ਤਾਂ ਕਹਿ ਦਿੰਦੇ ਅਗਲੇ ਵੀ ਤੁਸੀਂ ਵੀ ਸ਼ਾਮ ਨੂੰ ਤੁਸੀਂ ਨਹੀਂ ਪੀਂਦੇ ਹੈ ਨਾ ਅਤੇ ਆਪਣੇ ਤੋਂ ਫਿਰ ਉਹਨੂੰ ਤਕਲੀਫ ਤਾਂ ਜ਼ਾਹਿਰ ਹੋਊਗੀ ਨਾ ਮਤਲਬ ਇੱਕ ਇੰਸੀਡੈਂਟ ਮੇਰੇ ਨਾਲ ਹੋਇਆ ਸੀ ਕਨਾਲ ਥਾਣੇ 'ਚ ਮਤਲਬ ਬਹੁਤ ਓਵਰਡੋਜ਼ ਹੈ ਨਾ ਦੋ ਲੜਕੇ ਗੱਡੀ ਲੈ ਕੇ ਆਏ ਅਤੇ ਹੂਟਰ ਵਜਾਰੇ ਲਗਾਤਾਰ ਵਜਾਰੇ ਜਦੋਂ ਡਰਾਈਵਰ ਰੋਕਣ ਗਿਆ ਤਾਂ ਉਹਨੇ ਅੱਗੋਂ ਨੂੰ ਮਤਲਬ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਜਦੋਂ ਤੱਕ ਮੈਂ ਗਈ ਉਹ ਬੰਦਾ ਨਸ਼ੇ 'ਚ ਇੰਨਾ ਆਉਂਦਾ ਉਹਨੂੰ ਇਹ ਨਾ ਪਤਾ ਲੱਗਿਆ ਵੀ ਇਹ ਮਤਲਬ ਲੇਡੀ ਹੈ ਕਿ ਜੈਂਟਸ ਐਸ ਐਚ ਓ ਨੇ ਮੇਰੀ ਜੈਕਟ ਪਾਈ ਹੋਈ ਸਰਦੀ ਦਾ ਟਾਈਮ ਸੀ ਤਾਂ ਉਹਨੇ ਮੇਰੀ ਜੈਕਟ ਹੀ ਫੜ ਲਈ ਇੱਥੋਂ ਅੱਛਾ ਮਤਲਬ ਉਹਨੂੰ ਪਤਾ ਨਹੀਂ ਕਾਹਦਾ ਗਰੂਰ ਕਾਹਦੀ ਮਗਰੂਰੀ ਪਰ ਮੈਂ ਉਹਨੂੰ ਫਿਰ ਸੈੱਟ ਵੀ ਕੀਤਾ ਉਹਦਾ ਮੈਂ ਬਕਾਇਦਾ ਡੋਪ ਟੈਸਟ ਵੀ ਕਰਵਾਇਆ ਜਿਹੜਾ ਪੋਜ਼ਿਟਿਵ ਆਇਆ ਫਿਰ ਮੈਂ ਉਹਨੂੰ ਸੈੱਟ ਵੀ ਕਰਕੇ ਤੋਰਿਆ ਕਿ ਵੀ ਨਹੀਂ ਇਵੇਂ ਨਹੀਂ ਫਿਰ ਜਿਹੜਾ ਜੋਬ 'ਤੇ ਖੜਾ ਉਹ ਵੀ ਉਹਦੇ 'ਚ ਵੀ ਕੁਛ ਹੈਗਾ ਕਿਸੇ ਕੰਮ ਨੂੰ ਖੜਾ ਉਹਨੂੰ ਫਿਰ ਮੈਂ ਥੋੜ੍ਹੀ ਉਹਦੀ ਤਸੱਲੀ ਵੀ ਕਰਾਈ ਉਹਦਾ ਵਿਰੋਧ ਵੀ ਬਹੁਤ ਹੋਇਆ ਉਹ ਤਸੱਲੀ ਕਿਵੇਂ ਹੁੰਦੀ ਆ ਡੰਡੇ ਨਾਲ ਤਸੱਲੀ ਹੁੰਦੀ ਆ ਦੇਖੋ ਉਹਨੇ ਜਿਹੜੀ ਜਦੋਂ ਬੰਦੇ ਦਾ ਡੋਪ ਟੈਸਟ ਹੋ ਗਿਆ ਜਾਂ ਮੈਡੀਕਲ ਹੋ ਗਿਆ ਜਦੋਂ ਤੁਸੀਂ ਮੰਨ ਲਓ ਮੈਂ ਹੀ ਹਾਂ ਮੈਂ ਜਦੋਂ ਵੀ ਨਸ਼ਾ ਕੀਤਾ ਹੋਇਆ ਤਾਂ ਉੱਤੋਂ ਮੈਂ ਗਲਤੀ ਵੀ ਕੀਤੀ ਜਦੋਂ ਤੁਸੀਂ ਫੜ ਕੇ ਮੈਨੂੰ ਡਾਕਟਰ 'ਤੇ ਲੈ ਗਿਆ ਅੱਧਾ ਕੰਮ ਤਾਂ ਮੇਰਾ ਹੋ ਗਿਆ ਉੱਥੇ ਜਦੋਂ ਉਹਦਾ ਰਿਜ਼ਲਟ ਆ ਕੇ ਅੱਧਾ ਕੰਮ ਉਦੋਂ ਬਾਅਦ ਤੁਸੀਂ ਡਰ 'ਚ ਜਿੰਨੇ ਮਰਜ਼ੀ ਖੰਭ ਮਾਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਹੈ ਪੁਲਿਸ 'ਤੇ ਜੋ ਮਰਜ਼ੀ ਦੂਸ਼ਣ ਲਾ ਦਿਓ ਵੀ ਇਹਨਾਂ ਨੇ ਪੈਸੇ ਮੰਗ ਲਏ ਜੀ ਇਹਨਾਂ ਨੇ ਪੈਸੇ ਖੋਹ ਲਏ ਜੀ ਇਹਨਾਂ ਨੇ ਕੱਢ ਲਏ ਜੀ ਉਹਦਾ ਕੋਈ ਫਾਇਦਾ ਨਹੀਂ ਹੈ ਜਾਉਂਦਾ ਜਾਗਦਾ ਪ੍ਰੂਫ ਅਗਲੇ ਦੇ ਹੱਥ 'ਚ ਹੁੰਦਾ ਅਗਲਾ ਕਹਿੰਦਾ ਵੀ ਆ ਜਾ ਫਿਰ ਮੇਰੇ ਕੋਲ ਪੈਨ ਹੈਗਾ ਤੂੰ ਸੈੱਟ ਕਰ ਲੈਣਾ ਫਿਰ ਤੈਨੂੰ ਅਸੀਂ ਹੈ ਨਾ ਫਿਰ ਉਹਦਾ ਕੋਈ ਫਾਇਦਾ ਨਹੀਂ ਡੰਡੇ ਦੇ ਡਰੂ ਆਪ ਤੁਸੀਂ ਵੀ ਕੁੱਟਦੇ ਕਰਦੇ ਹੁੰਦਾ ਕੁੱਟਦੇ ਕਰਦੇ ਆਪ ਵੀ ਜਦੋਂ ਸਾਹਮਣੇ ਵਾਲਾ ਬੰਦਾ ਉਲਝੂਗਾ ਮੈਂ ਸਪਸ਼ਟ ਕਹਿੰਦੀ ਹਾਂ ਵੀ ਅਗਲਾ ਕਹੇ ਪੁਲਿਸ ਵਾਲੇ ਚਾਰ ਥੱਪੜ ਮਾਰ ਕੇ ਲੰਘ ਜਾਂਗੇ ਅੱਜ ਤੱਕ ਹੋਇਆ ਫਿਰ ਤਾਂ ਹਰ ਬੰਦਾ ਹੀ ਕੁੱਟ ਦੂਗਾ ਜਦੋਂ ਸਾਹਮਣੇ ਵਾਲਾ ਬੰਦਾ ਉਲਝੂਗਾ ਤੇ ਫਿਰ ਕੋਈ ਲਿਹਾਜ਼ ਤਾਂ ਕਿੰਨਾ ਕਰੂਗਾ ਵੈਸੇ ਕੋਈ ਜਿੰਨਾ ਮਰਜ਼ੀ ਝੂਠ ਬੋਲੀ ਜਾਵੇ ਲਿਹਾਜ਼ ਤਾਂ ਫਿਰ ਕੋਈ ਕਿੰਨਾ ਕੁ ਕਰੂਗਾ ਜਦੋਂ ਤੁਸੀਂ ਲੈ ਲਓ ਮੈਂ ਬੇਸ਼ੱਕ ਮੈਂ ਯੂਨੀਫਾਰਮ 'ਚ ਹਾਂ ਤੁਸੀਂ ਰਾਹ ਜਾਂਦੇ ਸਹੀ ਖੜੇ ਮੈਂ ਤੁਹਾਡੇ ਕਾਲਰ ਨੂੰ ਹੱਥ ਪਾਉਂਗੀ ਤੁਸੀਂ ਕੀ ਕਰੋਗੇ ਤੁਸੀਂ ਕਿੱਥੋਂ ਤੱਕ ਚਿੱਕਾ ਰੋਲੀ ਪਾਓਗੇ ਕਦੋਂ ਤੱਕ ਤੁਸੀਂ ਛੁਡਾਓਗੇ ਜਾਂ ਤਾਂ ਜਾਂ ਫਿਰ ਅੱਗੋਂ ਤੁਸੀਂ ਕਰੋਗੇ ਹਿੰਸਾ ਕਰੋਗੇ ਹੈ ਨਾ ਉਹ ਮੌਕੇ ਦੀ ਨਜਾਗਤ ਹੁੰਦੀ ਹੈ ਜਾਂ ਫਿਰ ਹੋ ਵੀ ਜਾਂਦਾ ਹੋਣਾ ਬਹੁਤ ਵਾਰੀ ਹੋ ਵੀ ਜਾਂਦਾ ਆਪਾਂ ਦੇਖਦੇ ਹਾਂ ਕਵਰ ਵੀ ਹੋ ਜਾਂਦਾ ਕਈ ਵਾਰੀ ਹੈ ਨਾ ਹੋ ਜਾਂਦਾ ਅੱਛਾ ਕਿਸੇ ਤਰ੍ਹਾਂ ਤੋਂ ਕਿ ਜਿਵੇਂ ਹੁਣ ਕਈ ਵਾਰ ਪੋਲੀਟੀਕਲ ਪ੍ਰੈਸ਼ਰ ਹੁੰਦੇ ਕਦੇ ਇਹ ਵੀ ਹੋਇਆ ਵੀ ਮੋੜਮਾ ਜਵਾਬ ਦਿੱਤਾ ਵੀ ਨਹੀਂ ਜੀ ਮੈਂ ਆਪਦੀ ਡਿਊਟੀ ਪ੍ਰਤੀ ਸਮਰਪਿਤ ਹਾਂ ਚਾਹੇ ਕੋਈ ਵੀ ਲੀਡਰ ਹੋਣ ਵਾਲੇ ਸਮੇਂ ਦਾ ਪਹਿਲੇ ਸਮੇਂ ਦਾ ਕੋਈ ਵੀ ਹੋਵੇ
ਜਦੋਂ ਪਹਿਲਾਂ ਕਦੀ ਮਤਲਬ ਪਿਛਲੇ ਟਾਈਮ 'ਚ ਕਦੀ ਇਸ ਤਰ੍ਹਾਂ ਹੋਇਆ ਵੀ ਕਿਸੇ ਨੇ ਪੁੱਛ ਲਿਆ ਵੀ ਯਾਰ ਇਹਦਾ ਫਾਇਦਾ ਹੋ ਜਾਊਗਾ ਜੀ ਤਾਂ ਮੈਂ ਬੜਾ ਸਪਸ਼ਟ ਕਹਿੰਦਾ ਵੀ ਜਿਹੜਾ ਇੱਥੋਂ ਕਰਾਉਣਾ ਤੁਸੀਂ ਕੋਰਟ 'ਚੋਂ ਕਰਾ ਲਿਓ ਮਤਲਬ ਮੇਰੇ ਕੋਲੋਂ ਫਾਇਦਾ ਕਰਾਉਣਾ ਹੈ ਇਹਦੇ 'ਚ ਮੇਰੀ ਵੀ ਬੇਇੱਜ਼ਤੀ ਹੋਊਗੀ ਅਤੇ ਤੁਸੀਂ ਵੀ ਮਤਲਬ ਬਦਨਾਮ ਹੋਵੋਗੇ ਇਹਦੇ ਚੰਗਾ ਤੁਸੀਂ ਉਹ ਫਾਇਦਾ ਜਿਹੜਾ ਵਕੀਲ ਚੰਗਾ ਕਰ ਲਿਓ ਅੱਗੋਂ ਕੋਰਟ 'ਚ ਕਰਾ ਲਓ ਤਾਂ ਸਾਰੇ ਲੋਕ ਹੀ ਤਾਂ ਕਰਦੇ ਨੇ ਮੇਰਾ ਤਕਰੀਬਨ ਜਵਾਬ ਹੀ ਰਿਹਾ ਇਸ ਕੰਮ 'ਚ ਜੀ ਅਤੇ ਸਪਸ਼ਟ ਜਵਾਬ ਰਿਹਾ ਜਵਾਬ ਹੀ ਰਿਹਾ ਸਪਸ਼ਟ ਕਹਿ ਲਓ ਸੌਫਟ ਤਰੀਕੇ ਨਾਲ ਕਹਿ ਲਓ ਰਿਹਾ ਜਵਾਬ ਹੀ ਮਤਲਬ ਮੇਰਾ ਐਕਸ਼ਨ ਨਹੀਂ ਉਹ ਹੋਇਆ ਕਿ ਜੀ ਚਲੋ ਫਲਾਣੇ ਦਾ ਫੋਨ ਆ ਗਿਆ ਜੀ ਚਲੋ ਕੋਈ ਗੱਲ ਨਹੀਂ ਇੱਕ ਹੋਰ ਵੀ ਲੱਗਦਾ ਸਵਾਲ ਉੱਠਦਾ ਪੁਲਿਸ 'ਤੇ ਕਿਉਂਕਿ ਅਕਸਰ ਜਿਵੇਂ ਚਲੋ ਕਹਿੰਦੇ ਕਿ ਕੰਮ ਕਢਵਾਉਣਾ ਆਹ ਕਢਵਾਉਣਾ ਅੰਡਰ ਦੀ ਟੇਬਲ ਪੁਲਿਸ ਨੂੰ ਚਾਰ ਪੈਸੇ ਦੇ ਦਿਓ ਇੱਦਾਂ ਦਾ ਕੁਛ ਹੋਵੇ ਕੋਈ ਸੀਨ ਕੋਈ ਇੰਸੀਡੈਂਟ ਇੱਦਾਂ ਦਾ ਹਾਂ ਇੰਸੀਡੈਂਟ ਇੱਕ ਵਾਰੀ ਕਿਸੇ ਥਾਣੇ ਦੇ ਵਿੱਚ ਮੇਰੀ ਪੋਸਟਿੰਗ ਸੀਗੀ ਅਤੇ ਉੱਥੇ ਮਤਲਬ ਇੱਕ ਮੁੰਡਾ ਘਰਦਿਆਂ ਆਪਣੇ ਫਾਦਰ ਨਾਲ ਹੀ ਮਤਲਬ ਉਹਦਾ ਸੀਗਾ ਡਿਸਪਿਊਟ ਅਤੇ ਉਹਦੇ ਫਾਦਰ ਨੇ ਡਰ 'ਚ ਕਿਤੇ ਇਹ ਕੰਮ ਕਰਤਾ ਕਿਸੇ ਹੋਰ ਥਰਡ ਪਰਸਨ ਨੂੰ ਕਹਿ ਕੇ ਵੀ ਯਾਰ ਇਹਦਾ ਕੰਮ ਕਰ ਅਤੇ ਉਸ ਬੰਦੇ 'ਤੇ ਅਟੈਕ ਕਰਤਾ ਅਤੇ ਉਹਦਾ ਵਾਰਸ ਵੀ ਕੋਈ ਨਹੀਂ ਦੇਖੋ ਫਾਦਰ 'ਤੇ ਸ਼ੱਕ ਵੀ ਕੋਈ ਨਹੀਂ ਹੈ ਨਾ ਅਤੇ ਉਸ ਮੁੰਡੇ ਨਾਲ ਉਸ ਟਾਈਮ 'ਤੇ ਕੋਈ ਨਾ ਖੜਾ ਕੋਈ ਵੀ ਨਹੀਂ ਖੜਾ ਸੀ ਉਹਦੀ ਇੰਨੀ ਸਟੋਰੀ ਮਤਲਬ ਡਰਾਉਣੀ ਉਹਨੂੰ ਨਾ ਮਤਲਬ ਪੂਰੀ ਰਾਤ ਉਹਦੇ ਫਾਦਰ ਲੋਕਾਂ ਦੇ ਸਾਹਮਣੇ ਵੀ ਸਹਿਮਤੀ ਦੇ ਤੌਰ 'ਤੇ ਗੱਡੀ 'ਚ ਪਾਇਆ ਉਹਨੂੰ ਉਹਨੂੰ ਕਿਤੇ ਹੋਰ ਲੈ ਗਏ ਉੱਥੇ ਜਾ ਕੇ ਉਹਦੇ ਮਤਲਬ ਚਿੱਟੇ ਦੇ ਟੀਕੇ ਲਗਾਤੇ ਦੋ ਤਿੰਨ ਕਿ ਛੇਤੀ ਮਰ ਜੇ ਅਤੇ ਸੱਟ ਉਹਦੇ ਕਾਫੀ ਜ਼ਿਆਦਾ ਲੱਗੀ ਹੋਈ ਜਦੋਂ ਮੇਰੇ ਕੋਲ 112 'ਤੇ ਕਾਲ ਆਈ ਤਾਂ ਮੈਨੂੰ ਪਤਾ ਲੱਗਿਆ ਮੈਂ ਉਸ ਬੰਦੇ ਨੂੰ ਫੋਨ ਕੀਤਾ ਮੈਂ ਕਿਹਾ ਵੀ ਜੀ ਤੁਸੀਂ ਮੈਨੂੰ ਸਹੀ ਦੱਸੋ ਲੋਕੇਸ਼ਨ ਕਿੱਥੇ ਹੋ ਜਿਹੜੀ ਲੋਕੇਸ਼ਨ ਦੱਸ ਰਹੇ ਸੀ ਉਸ ਤੋਂ ਉਹ 40 ਕਿਲੋਮੀਟਰ ਕਿਸੇ ਸਾਈਡ 'ਤੇ ਸੀ ਮਤਲਬ ਗਲਤ ਲੋਕੇਸ਼ਨ ਵਾਰ ਵਾਰ ਦੇ ਰਹੇ ਸੀ ਜਦੋਂ ਉਹ ਇੰਸੀਡੈਂਟ ਕੋਈ 3 ਵਜੇ ਮੈਨੂੰ ਫੋਨ ਆਇਆ ਹੋਣਾ ਅਤੇ ਮਤਲਬ ਜਦੋਂ 6 ਵਜੇ ਤੱਕ ਉਹ ਕਿਸੇ ਵੀ ਹੋਸਪਿਟਲ ਨਹੀਂ ਪਹੁੰਚੇ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਨਾ ਲੋਕੇਸ਼ਨ ਲੈ ਕੇ ਤੁਹਾਨੂੰ ਮੈਂ ਫੋਲੋ ਕਰ ਰਹੀ ਤੁਸੀਂ ਗਲਤ ਹੋ ਅਤੇ ਉਹ ਬੰਦੇ ਕਹਿੰਦੇ ਨਹੀਂ ਜੀ ਅਸੀਂ ਬਠਿੰਡਾ ਜਾ ਰਹੇ ਹਾਂ ਹੋਸਪਿਟਲ 'ਚ ਇਮੀਡੀਏਟ ਉਹ ਬਠਿੰਡਾ ਲੈ ਕੇ ਆਏ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਅੱਗੇ ਚੌਂਕੀ ਇੰਚਾਰਜ ਨੂੰ ਮੈਂ ਕਿਹਾ ਵੀ ਤੁਸੀਂ ਕਰਿਓ ਡਾਕਟਰ ਉਸ ਕੇਸ ਦੇ ਵਿੱਚ ਕੀ ਹੋਇਆ ਕਿ ਉਸ ਜਿਹੜਾ ਉਹ ਮੁੰਡਾ ਸੀ ਪੀੜਤ ਸੀਗਾ ਉਹਦੇ ਨਾਲ ਇੱਕ ਸਿੰਗਲ ਪਰਸਨ ਵੀ ਨਹੀਂ ਖੜਾ ਸੀ ਅਤੇ ਜਿਹੜਾ ਉਹਦੇ ਫਾਦਰ ਵਾਲੇ ਪਾਸੇ ਸੀ ਬਹੁਤ ਲੋਕ ਖੜੇ ਸੀ ਕਿਉਂਕਿ ਚੰਗੀ ਪ੍ਰੋਪਰਟੀ ਵਾਲੇ ਬੰਦੇ ਸੀ ਉਹ 'ਚ ਮੈਨੂੰ ਬੜੀਆਂ ਆਫਰਾਂ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਨਹੀਂ ਹੱਥ ਪੈਂਦਾ ਜੀ 5 ਲੱਖ ਜੀ 8 ਲੱਖ ਜੀ ਫਲਾਣਾ ਲੱਖ ਮੈਂ ਕਿਹਾ ਜੀ ਨਹੀਂ ਮਿਹਰਬਾਨੀ ਮੈਂ ਅਰੈਸਟ ਹੀ ਪਾਉਣੀ ਹਾਂ ਉਹਨਾਂ ਨੇ ਮੇਰੇ ਤੋਂ ਉੱਪਰ ਕਿਤੇ ਜਾ ਕੇ ਅਪਰੋਚ ਕੀਤੀ ਪਰ ਦੇਖੋ ਪਰਮਾਤਮਾ ਤੁਹਾਡੇ ਨਾਲ ਖੜਦਾ ਜਦੋਂ ਤੁਸੀਂ ਸਹੀ ਹੁੰਦੇ ਹੋ ਅਤੇ ਉਦੋਂ ਤੱਕ ਮੈਂ ਅਰੈਸਟ ਪਾ ਚੁੱਕੀ ਸੀ ਉਹਨਾਂ ਦੀ ਮੈਂ ਉਹਨਾਂ ਨੂੰ ਗ੍ਰਿਫਤਾਰ ਕਰ ਜਦੋਂ ਤੱਕ ਮੈਨੂੰ ਉੱਪਰੋਂ ਫੋਨ ਕਾਲ ਨੇ ਮੈਂ ਕਿਹਾ ਜੀ ਮੈਂ ਆਲਰੇਡੀ ਇਹਨਾਂ ਨੂੰ ਅਰੈਸਟ ਹੀ ਕਰ ਚੁੱਕੀ ਹਾਂ ਤਾਂ ਨਾ ਹੁਣ ਫਿਰ ਸਾਰਾ ਕੁਛ ਕੋਰਟ 'ਚ ਹੀ ਹੋਊਗਾ ਜਿਹੜਾ ਕੁਛ ਵੀ ਹੋਊਗਾ ਹੁਣ ਮੇਰੇ ਕੋਲ ਕੋਈ ਲਿਹਾਜ਼ ਨਹੀਂ ਹੈ ਤਾਂ ਹੁੰਦਾ ਬਹੁਤ ਵਾਰੀ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਪਰ ਜਿੱਥੇ ਤੁਸੀਂ ਜਦੋਂ ਤੁਸੀਂ 1-2 ਵਾਰੀ ਇਸ ਚੀਜ਼ ਨੂੰ ਇਗਨੋਰ ਕਰਤਾ ਫਿਰ ਉਹ ਸਾਰਿਆਂ ਨੂੰ ਤੁਹਾਡੇ ਨੇਚਰ ਸਮਝਣ ਸਮਝ ਪੈ ਜਾਂਦੇ ਵੀ ਯਾਰ ਉਦਾਂ ਦੇ ਨਹੀਂ ਫਿਰ ਉਹ ਜਿਹੜਾ ਤੁਹਾਡੇ ਕੋਲ ਸਹੀ ਬੰਦਾ ਜਿਹਨੇ ਕੰਮ ਕਰਾਉਣਾ ਸਹੀ ਆ ਉਹਦੇ ਨਾਲ ਧੱਕਾ ਹੋ ਰਿਹਾ ਉਹੀ ਆਊਗਾ ਫਿਰ ਜਿਹੜਾ ਜਿਹਨੂੰ ਪਤਾ ਲੱਗ ਗਿਆ ਵੀ ਗਲਤ ਕੰਮ ਉਹਨਾਂ ਨੂੰ ਪਤਾ ਹੁੰਦਾ ਕਰਨ ਵੀ ਇਹਨਾਂ ਨੇ ਕਰਨਾ ਨਹੀਂ ਉਹ ਆਪਣੇ ਕੋਲ ਆਉਂਦੇ ਨਹੀਂ ਉਹ ਆਉਂਦੇ ਨਹੀਂ ਜਾਂ ਤਾਂ ਉਹ ਕਹਿੰਦੇ ਵੀ ਕਿਤੋਂ ਹੋਰ ਕਰਾ ਲਾਂਗੇ ਜਾਂ ਵੇਟ ਕਰ ਲਓ ਹਾਲੇ ਜਦੋਂ ਬਦਲੀ ਹੋਊਗੀ ਫਿਰ ਕਰਾ ਲਾਂਗੇ ਉਹ ਫਿਰ ਐਵੇਂ ਵੇਟ ਕਰਦੇ ਰਹਿੰਦੇ ਆ ਉਡੀਕ ਕਰਦੇ ਰਹਿੰਦੇ ਆ ਜਦੋਂ ਇੱਥੇ ਆਏ ਹੋ ਕੀ ਕੁਝ ਬਦਲਿਆ ਮੇਰੇ ਨਾਲ ਕੀ ਕੁਝ ਬਦਲਾਅ ਤੁਸੀਂ ਕੀਤਾ ਖਾਸ ਕਰ ਦੇਖੋ ਜਿਹੜਾ ਬਦਲਾਅ ਅਸੀਂ ਕਹਿੰਦੇ ਆਉਣ ਨਾਲ ਹੋਇਆ ਸੈਕਿੰਡਲੀ ਤਾਂ ਸਾਡਾ ਜਿਹੜਾ ਡਿਪਾਰਟਮੈਂਟ ਇਸ ਬਲੇਮ ਤੋਂ ਫਰੀ ਹੋ ਗਿਆ ਵੀ ਜੀ ਸ਼ਾਮ ਨੂੰ ਪੁਲਿਸ ਵਾਲੇ ਤਾਂ ਬਸ 5 ਵਜੇ ਤੋਂ ਬਾਅਦ ਜੀ ਦਾਰੂ ਪੀੜੀ ਜੀ ਆਹ ਕਰ ਰਹੇ ਜੀ ਕੋਈ ਮਿਲਣਾ ਹੀ ਨਹੀਂ ਇੱਕ ਤਾਂ ਇਹ ਹੈ ਕਿ ਆਪਾਂ ਅਵੇਲੇਬਲ ਹੁੰਦੇ ਹਾਂ ਆਪਾਂ ਰਹਿੰਦੇ ਹਾਂ ਆਪਦੇ ਸਟੇਸ਼ਨ 'ਤੇ ਸੈਕਿੰਡ ਜਿਹੜਾ ਲੇਡੀਜ਼ ਨੂੰ ਆ ਕੇ ਆਪਣੀ ਪ੍ਰੋਬਲਮ ਜਿਹੜੀ ਕੰਫਰਟੇਬਲ ਉਹ ਦੱਸ ਸਕਦੀਆਂ ਨੇ ਆਹ ਵੀ ਤੁਸੀਂ ਵੇਖਿਆ ਹੁਣ ਹੁਣ ਵੀ ਲੇਡੀ ਸੀਗੀਆਂ ਮਤਲਬ ਉਹ ਵਧੀਆ ਜਿਵੇਂ ਦੂਜੇ ਬਾਕੀ ਆਫਿਸ 'ਚ ਜਾਂਦੀਆਂ ਉਸੇ ਉਸ ਤਰ੍ਹਾਂ ਆ ਜਾਂਦੀਆਂ ਤੀਜਾ ਜਿਹੜਾ ਹੋਇਆ ਜਦੋਂ ਅਸੀਂ ਪਿੰਡਾਂ 'ਚ ਨਿਕਲੇ ਹਾਂ ਤਾਂ ਜਿਹੜੇ ਸਾਡੇ ਸੈਮੀਨਾਰ ਹੁੰਦੇ ਉਹਦੇ 'ਚ ਵੀ ਲੇਡੀਜ਼ ਆ ਜਾਂਦੀਆਂ ਨੇ ਅਤੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਆਪਣੀ ਪ੍ਰੋਬਲਮ ਦੱਸਣ ਦਾ ਔਰ ਪਬਲਿਕ ਦੇ ਵਿੱਚ ਵਿਸ਼ਵਾਸ ਵੀ ਹੁੰਦਾ ਹੋਇਆ ਚੇਂਜ ਕਾਫੀ ਚੇਂਜ ਹੋਇਆ ਕਈਆਂ ਦੇ ਇਸ ਤਰ੍ਹਾਂ ਦੇ ਕੇਸ ਸੀ ਜਿਹੜੇ 5-5-4-4 ਸਾਲਾਂ ਦੇ ਪਏ ਸੀ ਟੂਕਟ ਹੁਣ ਹੋਏ ਨੇ ਇੱਕ ਲੇਡੀ ਦਾ ਕੋਈ ਰੌਲਾ ਸੀ ਅਤੇ ਉਹਨੂੰ ਮੈਂ ਫੋਨ ਕੀਤਾ ਜਦੋਂ ਉਹਦਾ ਕੰਮ ਹੋ ਗਿਆ ਹੋਣਾ ਸੀ ਜੈਨੂਅਨ ਸੀਗਾ ਉਹ ਲੇਡੀ ਮੈਨੂੰ ਫੋਨ ਕਰ ਰਹੀ ਮੈਡਮ ਤੁਹਾਡਾ ਧੰਨਵਾਦ ਕਰਨਾ ਮੈਂ ਕਿਹਾ ਜੀ ਕਿਉਂ ਮੇਰੇ ਕੋਲ ਕੋਈ ਬੈਠਾ ਸੀ ਮੈਂ ਸਪੀਕਰ 'ਤੇ ਲਾਇਆ ਮੈਨੂੰ ਫੋਨ 'ਤੇ ਰੋਣ ਲੱਗ ਪਈ ਉੱਚੀ ਉੱਚੀ ਮੈਂ ਕਿਹਾ ਵੀ ਕਿਉਂ ਰੋ ਰਹੀ ਹਾਂ ਕਹਿੰਦੇ ਮੈਡਮ ਮੈਨੂੰ 35 ਸਾਲ ਬਾਅਦ ਨਿਆਂ ਮਿਲਿਆ ਮੈਂ ਬਚਪਨ ਤੋਂ ਲੱਗੀ ਹੋਈ ਹਾਂ ਲੜਾਈ ਲੜਨ ਅਤੇ ਮੇਰੀ ਉਮਰ ਕਹਿੰਦੀ 39 ਈਅਰ ਦੀ ਹੋ ਗਈ ਮੈਂ 3 ਸਾਲ ਦੀ ਸੀ ਕਹਿੰਦੀ ਜਦੋਂ ਤੋਂ ਮਤਲਬ ਇਹ ਲੜਾਈ ਅਸੀਂ ਲੜਨ ਨਾ ਕਿਸੇ ਕੋਰਟ ਨੇ ਨਾ ਕਿਸੇ ਨੇ ਮਤਲਬ ਸਾਡਾ ਫੈਸਲਾ ਨਹੀਂ ਕੋਈ ਕਰਾ ਸਕਿਆ ਫਿਰ ਕਿਤੇ ਨਾ ਕਿਤੇ ਸੈਟੀਸਫੈਕਸ਼ਨ ਹੁੰਦੀ ਹੈ ਵੀ ਹਾਂ ਪਬਲਿਕ ਆਉਂਦੀ ਹੈ ਤਾਂ ਵੀ ਚਲੋ ਕੁਛ ਨਾ ਕੁਛ ਪਰਿਵਾਰ 'ਚੋਂ ਪਹਿਲਾਂ ਕੋਈ ਸੀਗੇ ਪੁਲਿਸ ਨਹੀਂ ਇਸ ਡਿਪਾਰਟਮੈਂਟ ਦੇ ਵਿੱਚ ਸਾਡੇ ਘਰ 'ਚੋਂ ਕੋਈ ਵੀ ਨਹੀਂ ਕੀ ਕੀ ਕਰਦੇ ਪਰਿਵਾਰਕ ਪਿਛੋਕੜ ਕੀ ਹੈ ਦੇਖੋ ਜੀ ਜੇ ਤੁਸੀਂ ਸਾਡੇ ਪਿਛੋਕੜ ਦੀ ਕਰੋ ਮੇਰੇ ਪਾਪਾ ਤਾਂ ਖੇਤੀਬਾੜੀ ਕਰਦੇ ਨੇ ਓਕੇ ਹਾਂਜੀ ਅਤੇ ਜਿਹੜੀ ਮੇਰੀਆਂ ਸਿਸਟਰਸ ਨੇ ਉਹ ਟੀਚਰ ਡਿਪਾਰਟਮੈਂਟ 'ਚ ਐਜੂਕੇਸ਼ਨ ਮਹਿਕਮੇ 'ਚ ਓਕੇ
ਇੱਕ ਐਗਰੀਕਲਚਰ ਡਿਪਾਰਟਮੈਂਟ 'ਚ ਅਤੇ ਮੇਰੇ ਇਸ ਡਿਪਾਰਟਮੈਂਟ ਦੀ ਗੱਲ ਕਰੋ ਤਾਂ ਕੋਈ ਨਹੀਂ ਹੈ, ਕੋਈ ਵੀ ਨਹੀਂ ਸੀ, ਨਹੀਂ ਕੋਈ ਜਿਵੇਂ ਤੁਸੀਂ ਕਿਹਾ ਮੈਂ ਤਾਂ ਕਦੇ ਸੋਚਿਆ ਨਹੀਂ ਸੀ, ਫਿਰ ਇੱਧਰ ਆਉਣਾ ਕਿਵੇਂ ਹੋਇਆ ਜਾਂ ਆਪ ਸੋਚਿਆ ਨਹੀਂ ਸੀ ਜਾਂ ਰੱਬ ਸਬੱਬੀ? ਹਾਂਜੀ ਰੱਬ ਸਬੱਬੀ ਕਹਿ ਲਓ, ਜਦੋਂ ਇਹਦੇ ਵੈਕੈਂਸੀਜ਼ ਆਈਆਂ ਸੀ ਨਾ ਉਦੋਂ ਫੋਰਮ ਫਿਲ ਕੀਤੇ ਸੀ, ਉਦੋਂ ਨਹੀਂ ਸੀ ਪਤਾ ਆਪਾਂ ਤਿਆਰੀ ਕਰਦੇ ਸੀ ਉਦੋਂ ਮਤਲਬ ਗਵਰਨਮੈਂਟ ਜੋਬ ਲਈ, ਤਾਂ ਇਹ ਟੈਸਟ ਆਇਆ ਇਹ ਕਲੀਅਰ ਹੋ ਗਿਆ ਅਤੇ ਇਹਨੂੰ ਜੁਆਇਨ ਕਰ ਲਿਆ। ਜੁਆਇਨ ਕਰਨ ਤੋਂ ਬਾਅਦ ਵੀ ਲੱਗਿਆ ਵੀ ਹਾਲੇ ਦੇਖਦੇ ਹਾਂ, ਅੱਛਾ ਉਦੋਂ ਬਾਅਦ ਲੱਗਿਆ ਵੀ ਹਾਲੇ ਵੀ ਦੇਖਾਂਗੇ ਪੋਸਟਿੰਗ ਕਿਸੇ ਦਫ਼ਤਰ 'ਚ, ਕਿਉਂਕਿ 9 to 5 ਦਫ਼ਤਰ ਲੇਡੀਜ਼ ਲਈ ਕੰਫਰਟੇਬਲ ਹੁੰਦਾ ਨਾ ਵੀ ਕਿਸੇ ਆਫਿਸ 'ਚ ਪੋਸਟਿੰਗ ਹੋਊਗੀ ਹੋਊਗੀ। ਅਤੇ ਫਿਰ ਇੱਕ ਦਿਨ ਕੀ ਹੋਇਆ, ਕਿਸੇ ਨੇ ਕੋਈ ਸਾਡੇ ਮਹਿਕਮੇ 'ਚ ਸੀਗੇ ਐਸ ਆਈ, ਉਹ ਕਹਿੰਦੇ ਵੀ ਰੈਂਕ ਤਾਂ ਲੈ ਲਿਆ ਹੁਣ, ਲੁਕਿਆ ਨਹੀਂ ਕੁਛ ਬਣਨਾ, ਵੀ ਕੰਮ ਕਰਕੇ ਦਿਖਾਓ। ਅੱਛਾ ਜੀ। ਅਤੇ ਮੈਂ ਉਹਨੂੰ ਚੈਲੰਜ ਨੂੰ ਐਕਸੈਪਟ ਲੈ ਲਿਆ, ਮੈਂ ਕਿਹਾ ਵੀ ਨਹੀਂ ਇਹ ਔਖਾ ਕੰਮ ਤਾਂ ਨਹੀਂ ਆ, ਪਰ ਗੱਲ ਉਹੀ ਤੁਹਾਡੇ ਲਈ ਕਿ ਪ੍ਰੈਸ਼ਰ ਫਰੀ ਹੋਵੇ, ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਸਹੀ ਕੰਮ ਕਰਾਉਣਾ ਤਾਂ ਹੋ ਹੀ ਜਾਊਗਾ, ਕਰੀ ਚੱਲਾਂਗਾ। ਆਈ ਹੈ ਵੀ ਆਪਣੇ ਘੰਟੇ ਵੱਧ ਹੈ, ਮਤਲਬ ਵੀ ਆਪਾਂ ਸਵੇਰ ਤੋਂ ਸ਼ੁਰੂ ਹੋ ਜਾਂਦੇ ਹਾਂ, ਰਾਤ ਦੇ 11-12-1 ਵੱਜ ਜਾਂਦਾ ਹੈ, ਕਦੀ ਕਦੀ ਨਾਈਟ ਚੈਕਿੰਗ ਆ ਗਈ ਤਾਂ ਫਿਰ ਸਵੇਰ ਦੇ 2 ਵੱਜ ਜਾਂਦੇ ਆ। ਸਿਰਫ ਇੱਕ ਹਾਰਡ ਵਰਕ ਹੈ, ਕੰਮ ਤਾਂ ਕੋਈ ਨਹੀਂ ਹੈਗਾ ਜਿਹੜਾ ਆਪਾਂ ਕਰ ਨਹੀਂ ਸਕਦੇ, ਫਿਰ ਆਪਣਾ ਚੱਲਦਾ। ਅੱਛਾ, ਜਦੋਂ ਫਿਰ ਬਾਪੂ ਫਿਰ ਖੇਤੀ ਕਰਦੇ ਸੀ, ਜਦੋਂ ਫਾਦਰ ਸਾਹਿਬ ਖੇਤੀ ਕਰਦੇ ਸੀ ਅਤੇ ਉਸ ਤੋਂ ਬਾਅਦ ਧੀ ਦੇ ਮੋਢੇ 'ਤੇ ਸਟਾਰ ਲੱਗੇ ਦੇ, ਫਿਰ ਬਾਪੂ ਦਾ ਫਸਟ ਰਿਐਕਸ਼ਨ ਕੀ ਸੀ? ਰਿਐਕਸ਼ਨ ਉਹਨਾਂ ਦਾ ਪਬਲਿਕ ਵਾਲਾ ਹੀ ਸੀ, ਮੈਂ ਸੱਚ ਹੀ ਦੱਸਦੀ ਹਾਂ। ਮੈਨੂੰ ਕਹਿੰਦੇ ਵੀ ਠੀਕ ਹੈ ਤੁਸੀਂ ਡਿਪਾਰਟਮੈਂਟ ਚੁਣ ਲਿਆ, ਪਰ ਜਿਹੜੀ ਹੱਕ ਸੱਚ ਦੀ ਕਮਾਈ ਹੁੰਦੀ ਉਹ ਕੰਮ ਆਉਂਦੀ ਹੈ, ਅਤੇ ਜਿਹੜੀ ਬਾਕੀ ਕਿਸੇ ਨੇ ਕੋਈ ਮਾਨ ਤਾਨ ਕਰਤਾ ਇਹ ਕਰਤਾ, ਉਹ ਸਾਰਾ ਜ਼ਹਿਰ ਬਣ ਕੇ ਨਿਕਲ ਜਾਂਦਾ। ਅੱਛਾ, ਇਹ ਬਾਪੂ ਨੇ ਕਿਹਾ ਸੀ? ਹਾਂ, ਮੇਰੇ ਫਾਦਰ ਨੇ ਕਿਹਾ ਸੀ ਕਿ ਜ਼ਹਿਰ ਬਣ ਕੇ ਨਿਕਲ ਜਾਣਾ। ਤਾਂ ਉਹਨਾਂ ਨੇ ਇੱਕ ਮੈਨੂੰ ਸਟੋਰੀ ਵੀ ਸੁਣਾਈ, ਕਹਿੰਦੇ ਵੀ ਨਾ ਕਿਸੇ ਦੀ ਕਣਕ ਵੱਢੀ ਹੋਈ ਸੀ ਅਤੇ ਉਹ ਬੰਦੇ ਨੇ ਸੋਚਿਆ ਵੀ ਮੈਂ ਆਪਣਾ ਬਲਦ ਚਾਰ ਲਾਂ ਅਤੇ ਵੀ ਇਹਨਾਂ ਦੀ ਕਣਕ ਚੱਲ ਖਾ ਲੂਗਾ। ਕਹਿੰਦੇ ਵੀ ਉਹ ਜਦੋਂ ਉਹਨੇ 2 ਵਰਕੀਆਂ ਲਾਈਆਂ ਤਾਂ ਉਹ ਬਲਦ ਮਰ ਗਿਆ, ਕਿਉਂਕਿ ਖੇਤੀਬਾੜੀ 'ਚ ਉਦੋਂ ਬਲਦ ਹੀ ਹੁੰਦੇ ਸੀ। ਅਤੇ ਕਹਿੰਦੇ ਜਦੋਂ ਉਹ ਮਰ ਗਿਆ ਅਤੇ ਉਹ ਬੰਦੇ ਨੇ ਸੋਚਿਆ ਵੀ ਯਾਰ ਹੁਣ ਇਹਨੂੰ ਵੀ ਦੱਬਣਾ ਤਾਂ ਹੈ ਆ, ਵੀ ਇੱਕ ਭਰੀ ਘਰੇ ਲੈ ਜਾਈਏ ਉਹਨਾਂ ਦੀ ਕਣਕ 'ਚੋਂ ਚੱਕ ਕੇ। ਜਿਹੜਾ ਕੋਲ ਇੱਕ ਬੰਦਾ ਇਮਾਨਦਾਰ ਸੀ ਉਹ ਕਹਿੰਦਾ ਦੇਖ ਜਿਹਨੂੰ 2 ਵਰਕੀਆਂ ਨਹੀਂ ਪਚੀਆਂ ਉਹਨੂੰ ਤਾਂ ਭਰੀ ਕਿਵੇਂ ਪਚੂਗੀ, ਵੀ ਜੇ ਕਿਸੇ ਦੀ ਹੱਕ ਸੱਚ ਦੀ ਆ ਤੁਸੀਂ 2 ਵਰਕੀਆਂ ਵੀ ਖਾ ਲਈਆਂ ਕਿਸੇ ਦੀ ਕਮਾਈ 'ਚੋਂ ਅਤੇ ਤੁਸੀਂ ਤੂੰ ਉਹਦਾ ਹਾਲਤ ਵੇਖ ਲਾ ਵੀ ਉਹ ਤਾਂ ਮੌਕੇ 'ਤੇ ਨਹੀਂ ਹੈਗਾ, ਤੇਰਾ ਬਲਦ ਹੀ ਨਹੀਂ ਰਿਹਾ, ਵੀ ਤੇਰਾ ਇੰਨਾ ਕਿੱਥੋਂ ਪਚੂਗਾ। ਬਿਲਕੁਲ ਹੈ ਨਾ। ਤਾਂ ਮੇਰੇ ਪਾਪਾ ਉਦਾਹਰਨ ਦਿੰਦੇ ਹੁੰਦੇ ਸੀ, ਕਹਿੰਦੇ ਵੀ ਡਾਕਟਰ ਦੇ ਵੱਸ ਨਾ ਪੈਣਾ ਪਵੇ, ਮਤਲਬ ਘਰ 'ਚ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਅਤੇ ਕੰਮ ਤਾਂ ਆਪਣਾ ਹੁਣ ਵੀ ਵਧੀਆ, ਮਤਲਬ ਖੇਤੀਬਾੜੀ ਵਾਲਾ ਵੀ ਠੀਕ ਹੈ, ਵੀ ਇਹੋ ਜਿਹਾ ਕੋਈ ਕੰਮ ਨਾ ਹੋ ਜਾਵੇ ਵੀ ਜਿਹੜਾ ਉਹ ਫਿਰ ਉਹ ਐਗਜ਼ਾਮਪਲ ਤੁਹਾਡੇ ਫਾਦਰ ਸਾਹਿਬ ਦੀ ਫਿਰ ਹਰ ਵੇਲੇ ਦਿਮਾਗ 'ਚ ਨੇ, ਜਿਵੇਂ ਤੁਸੀਂ ਕਿਹਾ ਕਿ ਮੈਨੂੰ 8-8 ਹਾਲਾਂਕਿ ਜੇਕਰ ਆਪਾਂ ਆਮ ਜ਼ਿੰਦਗੀ ਦੇਖੀਏ 8-5 ਲੱਖ ਕੋਈ ਬਹੁਤ ਹੀ ਛੋਟੀ ਅਮਾਊਂਟ ਨਹੀਂ, ਬਹੁਤ ਵੱਡੀ ਅਮਾਊਂਟ ਆ, ਤਾਂ ਉਹ ਉਦਾਹਰਨ ਹਰ ਵੇਲੇ ਦਿਮਾਗ ਦੇ ਵਿੱਚ ਰਹਿੰਦੀ ਹੈ ਡਿਊਟੀ ਕਰਦਿਆਂ ਸਮੇਂ, ਚਾਹੇ ਉਹ ਕਿੱਡੇ ਵੀ ਪ੍ਰੈਸ਼ਰ ਆਉਣ, ਚਾਹੇ ਉਹ ਇੱਦਾਂ ਦੀ ਆਫਰ ਆਉਣ। ਦੇਖੋ ਜੀ, ਜਦੋਂ ਆਫਰਾਂ ਤੁਹਾਨੂੰ ਉਦੋਂ ਆਉਂਦੀਆਂ ਜਦੋਂ ਕਿਸੇ ਨੇ ਆਪਣਾ ਕੰਮ ਇਲੀਗਲ ਕਰਾਉਣਾ, ਗੈਰ ਕਾਨੂੰਨੀ ਕੰਮ ਕਰਾਉਣਾ, ਫਿਰ ਜਦੋਂ ਤੁਸੀਂ ਇੱਕ ਬੰਦੇ ਨਾਲ ਧੱਕਾ ਕਰਨਾ ਪੈਣਾ ਤੁਹਾਨੂੰ, ਬਿਲਕੁਲ ਤੁਸੀਂ ਇਸ ਲਾਲਚ 'ਚ ਪੈਣਾ, ਫਿਰ ਤੁਸੀਂ ਜਿਹੜਾ ਅੱਛਾ ਧੱਕਾ ਕਿਹਦੇ ਨਾਲ ਹੋਊਗਾ ਜਿਹਦਾ ਹੱਕ ਬਣਦਾ ਉਹਨੂੰ ਤੁਸੀਂ ਦੇ ਨਹੀਂ ਰਹੇ, ਬਿਲਕੁਲ ਫਿਰ ਤੁਹਾਡੀ ਜ਼ਮੀਰ ਤੁਹਾਨੂੰ ਰਾਤ ਨੂੰ ਕਿਤੇ ਸੌਣ ਦਊਗੀ, ਮਤਲਬ ਅਸੀਂ ਹੁਣ ਮੈਂ ਰਾਜਾ ਤੁਸੀਂ ਲਾਓ ਮੈਨੂੰ ਜਦੋਂ ਮੈਂ ਬੈਡ 'ਤੇ ਪੈ ਜਾਣਾ ਘਰੇ ਆ ਕੇ ਮੈਨੂੰ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਆ ਕਿੱਥੇ ਨਹੀਂ। ਅਤੇ ਕਈ ਵਾਰੀ ਇਹ ਹੁੰਦਾ ਵੀ ਮੋਸਟਲੀ 2 ਟਾਈਮ ਨਹੀਂ 1 ਟਾਈਮ ਹੀ ਖਾਣਾ ਰਹਿ ਜਾਂਦਾ, 1 ਦਿਨ ਦਾ ਬਸ, 1 ਟਾਈਮ ਖਾ ਲਿਆ ਤਾਂ ਓਕੇ ਆ, ਮੁੜ ਕੇ ਫਿਰ ਟਾਈਮ ਹੀ ਨਹੀਂ ਲੱਗਦਾ। ਅਤੇ ਮੈਨੂੰ ਲੱਗਦਾ ਸੈਟਿਸਫਾਈ ਫਿਰ ਜਦੋਂ ਤੁਸੀਂ ਕਿਸੇ ਥਾਣੇ 'ਚੋਂ ਟ੍ਰਾਂਸਫਰ, ਦੇਖੋ ਸਾਰਿਆਂ ਨਾਲ ਹੀ ਹੁੰਦਾ ਜਦੋਂ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟ੍ਰਾਂਸਫਰ ਹੋ ਕੇ ਜਾਂਦੇ ਹਾਂ ਬਿਨਾਂ ਕੰਮ ਤੋਂ, ਕੰਮ ਵਾਲੇ ਨੇ ਤੁਹਾਨੂੰ ਬਿਨਾਂ ਕੰਮ ਤੋਂ ਤੁਹਾਨੂੰ ਪਿਛਲੇ ਥਾਣੇ ਵਾਲੇ ਲੋਕ ਕਿੰਨਾ ਮਿਲਣ ਆਉਂਦੇ ਆ, ਉਹ ਤੁਸੀਂ ਕਿੰਨੇ ਲੋਕ ਕਮਾਏ ਨੇ, ਉਹਨਾਂ ਦੀਆਂ ਦੁਆਵਾਂ ਜਾਂ ਫਿਰ ਕਦੇ ਨਾ ਕਦੇ ਉਹਨਾਂ ਨੇ ਕੋਈ ਸਲਾਹਾਂ ਵੀ ਲੈਣੀਆਂ ਹੁੰਦੀਆਂ ਨੇ। ਇੱਕ ਇੰਸੀਡੈਂਟ ਮੈਂ ਤੁਹਾਨੂੰ ਇਸੇ ਥਾਣੇ ਦਾ ਦੱਸਦੀ ਹਾਂ, ਮੇਰੀ ਪਹਿਲਾਂ ਵਾਲੀ ਪੋਸਟਿੰਗ ਮਾਨਸਾ 'ਚ ਸੀਗੀ, ਮਾਨਸਾ ਥਾਣਾ ਜੋੜਕੀਆਂ ਅਤੇ ਝੁਨੀਰ ਮੇਰੀ ਪੋਸਟਿੰਗ ਰਹੀ ਆ। ਅਤੇ ਮੈਂ ਇੱਕ ਦਿਨ ਇੱਥੇ ਥਾਣੇ ਬੈਠੀ, ਮੈਨੂੰ ਇੱਕ ਫੋਨ ਆਇਆ ਮੈਨੂੰ ਅਨਨੋਨ ਨੰਬਰ ਤੋਂ, ਮੈਂ ਕਿਹਾ ਜੀ ਕੌਣ? ਕਹਿੰਦੇ ਜੀ ਮੇਰੀ ਰਿਸ਼ਤੇਦਾਰੀ ਅਸੀਂ ਵੀ ਹਾਂ, ਮੇਰਾ ਪਿੰਡ ਪੈਂਦਾ ਉੱਧਰ ਮਾਨਸਾ ਥਾਣੇ 'ਚ, ਮੈਂ ਤੁਹਾਨੂੰ ਮਿਲਣਾ ਹੈ। ਮੈਂ ਕਿਹਾ ਵੀ ਆ ਜਾਓ, ਉਹ ਇੱਥੇ ਕਿਤੇ ਸਿੱਧੀਆਂ ਆਇਆ ਸੀ, ਮਤਲਬ ਇੱਕ ਮਜ਼ਦੂਰ ਬੰਦਾ 1 ₹50 ਦਾ ਮਠਿਆਈ ਦਾ ਡੱਬਾ ਲੈ ਕੇ ਆਇਆ ਸਪੈਸ਼ਲ ਮੇਰੇ ਕੋਲ ਮਿਲਣ ਵਾਸਤੇ। ਮੈਂ ਕਿਹਾ ਵੀ ਤੂੰ ਮਿਲਣ ਵਾਸਤੇ ਪਹਿਲਾਂ ਕਿਰਾਇਆ ਲਾਇਆ, ਫਿਰ ਤੂੰ ਮਤਲਬ ਇਹਦੇ ਉੱਤੇ ਇਹਦੇ ਮਿਠਾਈ 'ਤੇ ਪੈਸੇ ਲਾ ਕੇ ਆਇਆ, ਵੀ ਤੂੰ ਵੈਸੇ ਹੀ ਮੈਨੂੰ ਮਿਲਣ, ਮੈਂ ਤੈਨੂੰ ਚਾਹ ਪਿਆਉਣੀ ਸੀ ਕਿ ਤੂੰ ਮੈਨੂੰ ਪਿਆਉਣੀ ਸੀ? ਕਹਿੰਦਾ ਵੀ ਨਹੀਂ ਮੈਡਮ, ਜੋ ਤੁਸੀਂ ਕਰਤਾ ਨਾ ਉਹ ਕਿਸੇ ਨੇ ਹੋਰ ਨਹੀਂ ਕਰਿਆ, ਮਤਲਬ ਉਹਦਾ ਕੋਈ ਕੰਮ ਉਹ ਵਿਚਾਰੇ ਦਾ ਹੋਣਾ ਉੱਥੇ ਥਾਣੇ 'ਚ ਨਾ, ਕਦੇ ਆਇਆ ਕਿਸੇ ਕੰਪਲੇਂਟ 'ਤੇ ਆਇਆ ਸੀ, ਕਹਿੰਦਾ ਵੀ ਸਾਨੂੰ ਤਾਂ ਕਦੇ ਕਿਸੇ ਨੇ ਅੰਦਰ ਨਹੀਂ ਸੀ ਵੜਨ ਦਿੱਤਾ। ਅਤੇ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਜਿਹੜੀਆਂ ਅੱਗੇ ਲੈ ਕੇ ਜਾਂਦੀਆਂ, ਫਿਰ ਉੱਥੇ ਤੁਹਾਨੂੰ ਕੌਨਫੀਡੈਂਸ ਵੀ ਹੁੰਦਾ, ਤੁਹਾਡੇ ਸੱਚ 'ਤੇ ਬੜਾ ਕੌਨਫੀਡੈਂਸ ਹੁੰਦਾ, ਤੁਸੀਂ ਖੜ੍ਹੇ ਰਹਿੰਦੇ ਹੋ ਵੀ ਨਹੀਂ ਮੈਂ ਸਹੀ ਹਾਂ, ਜੋ ਹੋਊਗਾ ਠੀਕ ਹੈ। ਇੱਕ ਚੀਜ਼ ਹੋਰ ਆ, ਜਿਵੇਂ ਤੁਸੀਂ ਕਹਿੰਦੇ ਸੀ ਕਈ ਕਈ ਵਾਰ ਇਹ ਹੁੰਦਾ ਵੀ ਸਵੇਰ ਤੋਂ ਲੱਗ ਜਾਂਦਾ ਸ਼ਾਮ ਤੱਕ, ਅਗਲੀ ਸਵੇਰ ਜਿਹੜੀ ਹੋ ਜਾਂਦੀ ਹੈ
ਕਦੇ ਕਦੇ ਲੱਗਦਾ ਤਾਂ ਹੈ, ਫਿਰ ਜਦੋਂ ਲੋਕਾਂ ਦੇ ਚਿਹਰਿਆਂ ਵੱਲ ਦੇਖਦੇ ਹਾਂ ਉਦੋਂ ਫਿਰ ਇਹ ਸੋਚਦੇ ਹਾਂ ਵੀ ਯਾਰ ਆਪਾਂ ਪਰਮਾਤਮਾ ਨੂੰ ਜਵਾਬ ਦੇ ਹਾਂ, ਇਹਨਾਂ ਲੋਕਾਂ ਦੀਆਂ ਉਮੀਦਾਂ ਨੇ ਆਪਣੇ ਕੋਲ, ਇਹਨਾਂ ਲਈ ਆਪਾਂ ਕੰਮ ਕਰਨਾ ਹੈ ਨਾ। ਵੀ ਜਦੋਂ ਲੋਕ ਇਸ ਤਰ੍ਹਾਂ ਦੇ ਆਉਂਦੇ ਨੇ, ਕਈ ਵਾਰ ਫੋਨ ਇੰਨੇ ਜ਼ਿਆਦਾ ਆ ਜਾਂਦੇ ਨੇ, ਮਤਲਬ ਲਾ ਲਓ ਤੁਸੀਂ 20-30 ਕਾਲਾਂ ਡੇਲੀ ਸਕਿੱਪ ਹੋ ਜਾਂਦੀਆਂ, ਜਿਹੜੀਆਂ 50 ਤੋਂ ਵੀ ਹੋ ਜਾਂਦੀਆਂ ਕਈ ਵਾਰੀ, ਵੀ ਜਿਹੜੇ ਨਹੀਂ ਫੋਨ ਨਹੀਂ ਪਿੱਕ ਹੁੰਦੇ, ਤਾਂ ਕਦੇ ਕਦੇ ਫੋਨ ਨੂੰ ਦੇਖ ਕੇ ਇਰੀਟੇਸ਼ਨ ਹੁੰਦੀ ਵੀ ਕੰਮ ਨਹੀਂ ਕਰਨ ਦਿੰਦੇ, ਵੀ ਫੋਨ ਹੀ ਇੰਨੇ ਹੋ ਜਾਣੇ, ਫਿਰ ਕਹਿੰਦੇ ਵੀ ਨਹੀਂ ਇਹ ਮਤਲਬ ਤੁਸੀਂ ਕਿਸੇ ਪੋਸਟ 'ਤੇ ਬੈਠੇ ਹੋ ਅਤੇ ਤਾਂ ਕਰਕੇ ਤੁਹਾਨੂੰ ਫੋਨ ਆ ਰਹੇ ਨੇ, ਇਹਨਾਂ ਦੀਆਂ ਉਮੀਦਾਂ ਨੇ ਤੁਹਾਡੇ 'ਤੇ। ਚਲੋ ਪੂਰਾ ਕਿੰਨਾ ਉਤਰਿਆ ਜਾਊ ਇਹ ਬਾਅਦ ਦੀ ਗੱਲ, ਅਗਲੇ ਨੂੰ ਸੁਣਿਆ ਤਾਂ ਜਾਵੇ ਨਾ ਪਹਿਲਾਂ, ਉਹਨੂੰ ਸੁਣ ਕੇ ਤਾਂ ਐਂ ਲੱਗਿਆ ਮੈਨੂੰ ਕਿਸੇ ਨੇ ਸੁਣ ਤਾਂ ਲਿਆ। ਹੁਣ ਤੱਕ ਕੀ ਮੰਨਦੇ ਹੋ ਆਪਦੀ ਡਿਊਟੀ ਤੋਂ? ਠੀਕ ਆ ਪੈਸਾ ਤਾਂ ਚਲੋ ਤੁਸੀਂ ਜੋਬ ਕਰਦੇ ਹੋ, ਪੈਸਾ ਆਉਂਦਾ ਹੈ ਤੁਹਾਡੀ ਮਹੀਨੇ ਭਰ ਤਨਖਾਹ, ਹੋਰ ਕੀ ਕਮਾਇਆ ਕਰਮਜੀਤ ਕੌਰ ਨੇ, ਕੀ ਕਮਾਇਆ ਆਪਦੀ ਡਿਊਟੀ ਤੋਂ ਹੁਣ ਤੱਕ ਇਹਨਾਂ ਸਾਲਾਂ ਦੌਰਾਨ ਜਦੋਂ ਤੁਸੀਂ ਪੋਸਟਿੰਗ ਹੋਏ? ਮੈਂ ਲੋਕ ਕਮਾਏ, ਬਹੁਤ ਲੋਕ ਕਮਾਏ ਨੇ, ਦੁਆਵਾਂ ਕਮਾਈਆਂ ਨੇ ਲੋਕਾਂ ਨੇ, ਕਿ ਦੁਆਵਾਂ ਬਹੁਤ ਨੇ, ਦੱਬੇ ਕੁਚਲੇ ਲੋਕ ਬਹੁਤ ਨੇ ਜਿਹੜੇ ਮਤਲਬ ਨਾਲ ਖੜੇ ਨੇ, ਸੈਟਿਸਫਾਈ ਹੁੰਦੇ ਨੇ, ਆਉਂਦੇ ਵੀ ਨੇ ਇੱਥੇ ਕਈ ਵਾਰੀ, ਕਹਿੰਦੇ ਵੀ ਨੇ ਵੀ ਆ। ਅੱਛਾ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਕੋਈ ਬੰਦਾ ਕਹਿੰਦਾ ਜੀ ਮੈਂ ਕਹਿ ਕੇ ਆਇਆ ਸੀ ਜੀ ਸਾਹਿਬ ਨੂੰ, ਮੇਰੀ ਦਰਖਾਸਤ ਮੈਂ ਮੈਡਮ ਤੋਂ ਹੀ ਕੰਮ ਕਰਾਉਣਾ। ਇੱਦਾਂ ਵੀ ਹੁੰਦਾ। ਅੱਛਾ ਮੇਰੀ ਪੋਸਟਿੰਗ ਜੋੜਕੀਆਂ ਸੀਗੀ ਥਾਣੇ 'ਚ, ਅਤੇ ਕਿਸੇ ਕੋਈ ਬੰਦਾ ਬੋਹੇ ਥਾਣੇ ਤੋਂ, ਮਤਲਬ ਦੇਖੋ ਸਾਊਡੂ ਜੀ ਨਹੀਂ ਦੂਜੇ ਪਾਸੇ ਪਈ ਜਾਵੇ, ਅਤੇ ਉਹ ਕਹੀ ਜਾਵੇ ਜੀ ਮੇਰੀ ਜੋੜਕੀਆਂ ਦਾ ਮੈਡਮ ਦੇ ਦਿਓ ਦਰਖਾਸਤ, ਮਤਲਬ ਫਿਰ ਜਦੋਂ ਮਤਲਬ ਕਹਿ ਕੇ ਆਉਂਦਾ ਉਦੋਂ ਵੀ ਐਂ ਲੱਗਦਾ ਵੀ ਹਾਂ ਇਹਨਾਂ ਨੂੰ ਇੰਨਾ ਯਕੀਨ ਹੈ, ਮਤਲਬ ਜਿਹੜੇ ਲੋਕ ਹਾਲੇ ਤੱਕ ਮਿਲੇ ਵੀ ਨਹੀਂ ਉਹਨਾਂ ਨੂੰ ਇੰਨਾ ਵਿਸ਼ਵਾਸ ਹੈ ਸਾਡੇ 'ਤੇ ਵੀ ਨਹੀਂ ਉਹ ਸਾਡਾ ਕੰਮ ਕਰ ਦੇਣਗੇ ਜਾਂ ਸਾਡਾ ਕੰਮ ਹੋ ਜੂਗਾ, ਸਾਡੀ ਸੁਣਵਾਈ ਹੋ ਜੂਗੀ, ਫਿਰ ਉਹ ਮੈਨੂੰ ਠੀਕ ਲੱਗਦਾ। ਦੁਆਵਾਂ ਬਹੁਤ ਕਮਾਈਆਂ ਜੀ ਮੈਂ ਲੋਕਾਂ ਦੀਆਂ, ਬਈ ਕਮਾਈ ਇਹ ਹੋਈ ਆ, ਦੁਆਵਾਂ ਜਦੋਂ ਦਿੰਦੇ ਨੇ ਨਾ ਚੰਗਾ ਲੱਗਦਾ, ਮਨ ਨੂੰ ਸਕੂਨ ਮਿਲਦਾ। ਨਹੀਂ ਤਾਂ ਤੁਸੀਂ ਦੇਖੋ ਮਤਲਬ ਜਿਹੋ ਜਿਹੀ ਸਾਡੀ ਜੋਬ ਆ, ਅਸੀਂ ਹੜਬੜਾਹਟ 'ਚ ਹੀ ਰਹੀਏ ਹੈ ਨਾ, ਹਰ ਵਕਤ ਘਬਰਾਹਟ 'ਚ ਰਹੀਏ ਵੀ ਨਹੀਂ। ਸੈਕਿੰਡ ਜਿੱਥੇ ਆਪਣੀ ਗਲਤੀ ਨਹੀਂ ਉੱਥੇ ਆਪਾਂ ਕਦੇ ਵੀ ਝੁਕੇ ਨਹੀਂ, ਨਾ ਹੀ ਝੁਕਿਆ ਜਾਵੇ। ਵੈਸੇ ਦੇਖੋ ਵੈਸੇ ਕਿਸੇ ਨੂੰ ਰਿਸਪੈਕਟ ਦੇਣੀ ਉਹ ਡਿਫਰੈਂਟ ਗੱਲ ਹੈ, ਪਰ ਜਿੱਥੇ ਆਪਣੀ ਗਲਤੀ ਨਹੀਂ ਉੱਥੇ ਇੱਕ ਮੇਰੀ ਵੈਸੇ ਇਹਨੂੰ ਖੂਬੀ ਲਾ ਲਓ ਜਾਂ ਕਮੀ ਲਾ ਲਓ, ਉੱਥੇ ਮੇਰੇ ਤੋਂ ਮਤਲਬ ਇਹ ਨਹੀਂ ਹੁੰਦਾ ਕਿਹਾ ਜਾਂਦਾ, ਗਿੜਗਿੜਾਇਆ ਨਹੀਂ ਜਾਂਦਾ, ਮੈਂ ਸਪਸ਼ਟ ਕਹਿ ਦਿੰਦੀ ਹਾਂ ਵੀ ਆਹ ਕੰਮ ਹੋ ਸਕਦਾ ਨਹੀਂ ਹੋ ਸਕਦਾ, ਚਾਹੇ ਸਾਹਮਣੇ ਕੋਈ ਹੋਵੇ, ਕੋਈ ਵੀ ਹੋਵੇ, ਵੀ ਆਹ ਹੋਣਾ ਹੀ ਨਹੀਂ ਗਾ, ਜਦੋਂ ਆਹ ਹੋਣ ਵਾਲਾ ਹੀ ਨਹੀਂ ਹੈਗਾ ਤਾਂ ਆਪਾਂ ਉਹਨੇ ਅਗਲੇ ਨੂੰ ਲਾਰਾ ਲਾ ਦਈਏ। ਮੇਰੇ 'ਚ ਤੁਸੀਂ ਕੰਮ ਹੀ ਲਾ ਲਓ ਵੀ ਮੈਂ ਲਾਰੇ ਨਹੀਂ ਲਾਏ, ਕਿ ਜੀ ਨਹੀਂ ਦੇਖ ਲੈਂਦੇ ਹਾਂ ਕਰ ਲੈਂਦੇ, ਮੈਨੂੰ ਵੀ ਆਹ ਹੋਣ ਵਾਲਾ ਹੀ ਨਹੀਂ ਹੈਗਾ, ਕਿਵੇਂ ਹੋਊਗਾ ਤੁਸੀਂ ਦੱਸੋ, ਜਿਹੜਾ ਹੋਣ ਵਾਲਾ ਆਪਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ, ਇਸ ਤੋਂ ਐਕਸਟਰਾ ਕਿਵੇਂ ਕਰ ਦਾਂਗੇ। ਤਾਂ ਲਾਰਿਆਂ ਵਾਲੀ ਨੌਕਰੀ ਤਾਂ ਜਿਹੜੀ ਹੈ ਉਹ ਕੀਤੀ ਨਹੀਂ, ਹੁੰਦੀ ਨਹੀਂ ਜੀ, ਹੁੰਦੀ ਨਹੀਂ, ਆਦਤ ਲਾ ਲਓ। ਦੇਖੋ ਅੱਜ ਮੈਂ ਕਹਿ ਦੂੰਗੀ ਵੀ ਜੀ ਪਰਸੋਂ ਹੋ ਜੂਗਾ, ਅਗਲਾ ਪਰਸੋਂ ਫੋਨ ਕਰ ਲੂਗਾ, ਫਿਰ ਪਰਸੋਂ ਵਾਲੇ ਨੂੰ ਫੋਨ ਕਰਕੇ ਕਹੂੰਗੀ ਹਫ਼ਤੇ ਨੂੰ ਹੋ ਜੂਗਾ, ਫਿਰ ਅਗਲਾ ਹਫ਼ਤੇ ਨੂੰ ਕਰ ਲੂ, ਇੱਦੂ ਚੰਗਾ ਉਹਨੂੰ ਦੱਸ ਦੇਵੇ ਇੰਨਾ ਹੀ ਹੋਊਗਾ, ਅੱਜ ਕਰਾ ਲਾ ਚਾਹੇ ਹਫ਼ਤੇ ਨੂੰ ਕਰਾ ਲਈ, ਜੇ ਤੇਰਾ ਕਿਤੋਂ ਹੋਰ ਹੁੰਦਾ ਤੈਨੂੰ ਐਂ ਲੱਗਦਾ ਵੀ ਨਹੀਂ ਸੈਟਿਸਫੈਕਸ਼ਨ, ਉਹ ਤੇਰੀ ਮਰਜ਼ੀ, ਇੰਨਾ ਹੋਣ ਵਾਲਾ ਇੰਨਾ ਨਹੀਂ ਹੋਣ ਵਾਲਾ, ਕਾਨੂੰਨ ਦੇ ਹਿਸਾਬ ਨਾਲ ਆਹ ਨਹੀਂ ਹੋ ਸਕਦਾ। ਅੱਛਾ ਇੱਕ ਚੀਜ਼ ਹੋਰ ਆ, ਉਸ ਚੀਜ਼ ਦਾ ਕਿਤੇ ਨਾ ਕਿਤੇ ਮਤਲਬ ਆਪਦੇ ਆਪ ਨੂੰ ਕਦੇ ਦੁਖਾਂਤ ਹੁੰਦਾ, ਜਿਵੇਂ ਜਿਹੜੇ ਪੁਲਿਸ 'ਤੇ ਇੱਕ ਟੈਗ ਲੱਗੇ ਹੋਏ ਨੇ ਕੁਛ, ਜਿਵੇਂ ਪਹਿਲਾਂ ਗੱਲ ਰਿਸ਼ਵਤਖੋਰੀ ਦਾ ਟੈਗ ਲਾ ਕੇ ਏਅਰਪੋਰਟ ਪੈਸਾ ਬਹੁਤ ਖਾਂਦੇ, ਹੁਣ ਜਿਵੇਂ ਦੇਖੋ ਹਰ ਮਹਿਕਮੇ 'ਚ ਹਰ ਤਰ੍ਹਾਂ ਦੇ ਬੰਦੇ ਹੁੰਦੇ, ਜਿਵੇਂ ਤੁਸੀਂ ਜਿੰਨਾ ਕਹਿ ਗਏ ਸਪਸ਼ਟ ਤੌਰ 'ਤੇ ਮੈਂ ਚੱਲਦੀ ਹਾਂ, ਪਰ ਮਹਿਕਮਾ ਉਹੀ ਪੁਲਿਸ ਵਾਲਾ, ਤਾਂ ਆਪਦੇ ਆਪ ਨੂੰ ਕਿਤੇ ਹੁੰਦਾ ਕਿ ਇਹਦਾ ਕਿਹੋ ਜਿਹਾ ਟੈਗ ਲੱਗਿਆ ਸਾਡੇ 'ਤੇ ਜਾਂ ਸਾਡੇ ਮਹਿਕਮੇ 'ਤੇ? ਦੇਖੋ ਟੈਗ, ਹਾਂ ਟੈਗ ਦਾ ਤਾਂ ਦੁੱਖ ਹੁੰਦਾ ਹੈ ਕਿ ਹਰ ਬੰਦੇ ਨੂੰ ਆਪਾਂ ਇੱਕ ਨਜ਼ਰ ਨਾਲ ਹੀ ਮਤਲਬ ਖਾਕੀ ਵਰਦੀ ਨੂੰ ਆਪਾਂ ਕਹੀਏ ਇੱਕ ਨਜ਼ਰ ਨਾਲ ਹੀ ਦੇਖੀ ਜਾਓ, ਅਤੇ ਇਹ ਫਿਰ ਦੇਖੋ ਜੇ ਇੱਕ ਬੰਦੇ ਨੂੰ ਆਪਾਂ ਘਰ 'ਚ ਦੇਖੀਏ ਫੈਮਲੀ ਮੈਂਬਰ 'ਚ ਇੱਕ ਬੰਦੇ ਨੂੰ ਤੁਸੀਂ ਮਾੜਾ 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 ਕਹੀ ਜਾਓਗੇ ਅਤੇ ਉਦੋਂ ਤੁਹਾਨੂੰ ਹਰ ਰਿਐਕਸ਼ਨ ਹੀ ਮਾੜਾ ਲੱਗੂਗਾ, ਚਾਹੇ ਉਹਨੇ ਚੰਗਾ ਵੀ ਕੀਤਾ ਐਕਸ਼ਨ, ਹੁਣ ਤੁਹਾਨੂੰ ਮਾੜਾ ਹੀ ਲੱਗੂਗਾ। ਅੱਛਾ ਜਦੋਂ ਤੁਸੀਂ ਉਹਨੂੰ ਮਾੜਾ 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 ਕਹਿੰਦੇ ਹੋ ਉਹ ਕਿਤੇ ਨਾ ਕਿਤੇ ਰਿਐਕਸ਼ਨ ਵੀ ਮਾੜਾ ਕਰ ਜਾਂਦਾ, ਅਤੇ ਹੈ ਤਾਂ ਇਨਸਾਨ ਹੀ ਹੈ ਤਾਂ ਆਪਾਂ ਇਸੇ ਸਮਾਜ 'ਚੋਂ ਹੀ, ਮਤਲਬ ਜਦੋਂ ਮਾੜਾ ਮਾੜਾ ਸੁਣਦੇ ਹਾਂ ਤਾਂ ਫਿਰ ਲੱਗਦਾ ਵੀ ਇੰਨਾ ਮਾੜਾ ਵੀ ਮਤਲਬ ਜ਼ਿਆਦਾ ਹੀ ਲੋਕਾਂ ਨੇ। ਅੱਛਾ ਸੈਕਿੰਡ ਤੁਸੀਂ ਦੇਖੋ ਵੀ ਕਿਸੇ ਨੇ ਕੋਈ ਵੀ ਵਿਊ ਦੇਤਾ, ਕਿਸੇ ਨੇ ਆਪਣਾ ਵਿਚਾਰ ਰੱਖਤਾ ਪੁਲਿਸ ਦੇ ਖਿਲਾਫ, ਆਮ ਤੌਰ 'ਤੇ ਖਿਲਾਫ ਹੀ ਆਉਂਦੇ ਆ ਬਿਲਕੁਲ, ਹੈ ਨਾ, ਅਤੇ ਕੋਈ ਵੀ ਅਧਿਕਾਰੀ ਚਲੋ ਇੱਕ ਫੋਰਮੈਲਿਟੀ ਤੌਰ 'ਤੇ ਤੁਹਾਡੇ ਵਾਲੇ ਵਰਗੇ ਮੀਡੀਆ ਵਾਲੇ ਭਰਾ ਪੁੱਛ ਲੈਂਦੇ ਤਾਂ ਉਹ ਬੰਦਾ ਸਪਸ਼ਟੀਕਰਨ ਦੇ ਦਿੰਦਾ ਵੀ ਆਹ ਨਹੀਂ ਗੱਲ ਆਹ ਸੀ, ਅਦਰਵਾਈਜ਼ ਤੁਸੀਂ ਕਦੇ ਉਹਨਾਂ ਦਾ ਦਿਲ ਦੇਖਿਆ ਵੀ ਉਹਨਾਂ ਨੇ ਕਿਤੇ ਤੁਹਾਨੂੰ ਰਿਐਕਟ ਹੀ ਨਹੀਂ ਕੀਤਾ? ਮੰਨ ਲਓ ਤੁਸੀਂ ਚਾਰ ਬੰਦੇ ਇਕੱਠੇ ਹੋ ਕੇ ਆ ਗਏ, ਤੁਸੀਂ ਕਹਿ ਤਾ ਜੀ ਸਾਨੂੰ ਆਹ ਕਹਿ ਤਾ ਉਹ ਕਹਿ ਤਾ, ਕਦੇ ਸਪਸ਼ਟੀਕਰਨ ਸੁਣਿਆ ਵੀ ਕਹਿ ਵੀ ਨਹੀਂ ਆਹ ਨਹੀਂ ਸੀ ਅਸਲ ਗੱਲ ਆਹ ਸੀ? ਜੇ ਦੂਜਾ ਸਾਹਮਣੇ ਵਾਲਾ ਬੰਦਾ ਅਸਲੀਅਤ ਦੱਸਣ 'ਤੇ ਆ ਜੇ ਤਾਂ ਬਣੂਗਾ ਕੀ, ਤਮਾਸ਼ਾ ਬਣ ਜਾਂਦਾ ਫਿਰ ਤਾਂ। ਬਿਲਕੁਲ, ਤੁਹਾਨੂੰ ਪਤਾ ਜਿੱਥੇ ਕਿਸੇ ਵੀ ਤੁਸੀਂ ਚਾਰ ਬੰਦੇ ਆ ਗਏ ਉਹ ਕਹਿੰਦੇ ਵੀ ਨਹੀਂ ਜੀ ਸਾਡਾ ਆਹ ਕੰਮ ਸੀ, ਮੰਨ ਲਓ ਅੱਜ ਦਾ ਕੰਮ ਇਹ ਹੈਗਾ ਕਿ ਚਾਰ ਬੰਦੇ ਇਕੱਠੇ ਹੋ ਕੇ ਆ ਗਏ ਜੀ ਸਾਡੀ ਆਹ ਕਾਰਵਾਈ ਨਹੀਂ ਕੀਤੀ ਜੀ, ਆਹ ਕਰਨ ਵਾਲੀ ਬਣਦੀ ਹੈ, ਅਤੇ ਜੋ ਤੁਹਾਨੂੰ ਬੰਦਾ ਬੈਕਗਰਾਊਂਡ ਦੱਸੇ ਵੀ ਨਹੀਂ ਜੀ ਪਰਸੋਂ ਇੱਕ ਬੰਦਾ ਛਡਾਉਣ ਆਇਆ ਸੀ ਅਤੇ ਉਹ ਅਸੀਂ ਛੱਡਿਆ ਨਹੀਂ ਤਾਂ ਕਰਕੇ ਅੱਜ ਆਹ ਹੋ ਗਿਆ, ਤਾਂ ਮੈਂ
ਹਰ ਇਨਸਾਨ ਦੇ ਵਿੱਚ ਕਮੀ ਹੁੰਦੀ ਹੈ ਪਰ ਤੁਸੀਂ ਦੇਖੋ ਤੁਸੀਂ ਆਪਣਾ ਕਰ ਰਹੇ ਹੋ ਕਿ ਆਹ ਹੋ ਗਿਆ ਸਾਡਾ ਨਾ ਹੋ ਗਿਆ ਉਹ ਬੰਦਾ ਦੱਸ ਹੀ ਨਹੀਂ ਰਿਹਾ ਵੀ ਤੁਸੀਂ ਆਹ ਕੀਤਾ ਜਾਂ ਆਹ ਕੀਤਾ ਤਾਂ ਮੇਰਾ ਇਹੀ ਹੁੰਦਾ ਮੋਸਟਲੀ ਵੀ ਜਵਾਬ ਮੈਂ ਦਿੱਤਾ ਹੀ ਨਹੀਂ ਕਦੇ ਜੇ ਕੋਈ ਕਈ ਵਾਰੀ ਬਹੁਤ ਵਾਰੀ ਹੁੰਦਾ ਦੇਖੋ ਬਲੇਮ ਲੱਗਣੇ ਹੁੰਦੇ ਆ ਛੜਿਅੰਤਰ ਦਾ ਸ਼ਿਕਾਰ ਵੀ ਹੋਣਾ ਹੁੰਦਾ ਆਪਾਂ ਇਸੇ ਸਮਾਜ 'ਚ ਬਥੇਰੇ ਛੜਿਅੰਤਰ ਵੀ ਹੋ ਜਾਂਦੇ ਗੱਲ ਕੁਛ ਹੋਰ ਹੁੰਦੀ ਹੈ ਪੇਸ਼ ਕੁਛ ਹੋਰ ਕੀਤੀ ਜਾਂਦੀ ਆ ਤਾਂ ਉਦੋਂ ਮਸਾਲਾ ਫਿਰ ਮੇਰੇ ਵੀਰ ਵਿਊ ਲਾਉਣ ਵਾਲੇ ਵੀ ਕਰ ਦਿੰਦੇ ਆ ਉਹ ਵੀ ਫਿਰ ਧਰ ਕੇ ਟੈਗ ਲਾਉਂਦੇ ਆ ਹਨਾ ਮਤਲਬ ਪਿਛਲੇ ਦਿਨ ਵੀ ਲੱਗਿਆ ਤੁਹਾਡੇ ਤੋਂ ਹੀ ਮਾਫੀ ਮੰਗਾਤੀ ਹੈ ਕਿ ਚੈਨਲ ਵਾਲੇ ਹਾਂ ਉਹ ਮੇਰੀ ਨਾ ਕੋਈ ਗਲਤੀ ਨਾ ਮੇਰਾ ਕੋਈ ਜੂਨੀਅਰ ਨਾਲ ਰੌਲਾ ਨਾ ਮੇਰਾ ਕੁਝ ਹੈ ਉਹ ਪਤਾ ਨਹੀਂ ਕਿਹੜਾ ਚੈਨਲ ਵਾਲਾ ਮੇਰਾ ਵੀਰ ਸੀਗਾ ਜਿਹਨੇ ਥੱਲੇ ਲਿਖ ਕੇ ਪਾਦਾ ਵੀ ਇਹਨਾਂ ਨੇ ਮੰਗੀ ਮਾਫੀ ਐਸਐਚਓ ਨੇ ਮੰਗੀ ਦਵਾਂਗੇ ਐਸਐਚਓ ਨੇ ਮੰਗੀ ਮਾਫੀ ਉਹ ਇੱਕ ਦਿਨ ਕਿਸੇ ਨੇ ਸੋਸ਼ਲ ਮੀਡੀਆ ਤੇ ਪਾਇਆ ਸੀ ਮੈਂ ਅੱਜ ਤੱਕ ਕਹਿਣੀ ਹੈ ਵੀ ਨਾ ਤਾਂ ਮੈਂ ਗਲਤੀ ਕੀਤੀ ਨਾ ਮੈਂ ਮਾਫੀ ਮੰਗੀ ਹੈ ਜਿੱਥੇ ਮੇਰੀ ਗਲਤੀ ਨਾ ਉੱਥੇ ਮੈਂ ਭਵਿੱਖ 'ਚ ਵੀ ਨਹੀਂ ਮੰਗਦੀ ਜਿੱਥੇ ਮੇਰੀ ਗਲਤੀ ਹੋ ਗਈ ਤਾਂ ਮੈਂ ਸਪਸ਼ਟ ਵਿਊ ਦੇ ਦੂੰਗੀ ਆਪਦਾ ਮੀਡੀਆ 'ਚ ਆ ਕੇ ਕਿ ਜੀ ਆਹ ਸੀ ਇੰਨਾ ਕੰਮ ਸੀ ਇੰਨੀ ਮੇਰੇ ਤੋਂ ਗਲਤੀ ਹੋ ਗਈ ਇੰਨਾ ਮੈਂ ਇਹਦਾ ਹੱਲ ਕੱਢ ਲਿਆ ਕਿਉਂਕਿ ਮੇਰੀ ਟੈਨਸ਼ਨ ਹੀ ਨਹੀਂ ਹੈ ਗਲਤ ਕਰਨ ਦੀ ਤਾਂ ਫਿਰ ਮੈਂ ਗਲਤੀ ਕਰੂੰ ਕਿੱਥੋਂ ਉਹ ਪਰ ਜਿਹਨੇ ਵੀ ਵੀਰ ਭਾਈ ਨੇ ਵਿਚਾਰੇ ਨੇ ਵਿਊ ਲੈਣ ਦੇ ਮਾਰੇ ਨੇ ਕੀਤਾ ਉਹ ਤਾਂ ਗਲਤ ਹੋ ਗਿਆ ਮੈਂ ਬੜਾ ਸਪਸ਼ਟ ਆ ਉਹਨੂੰ ਮੇਰੇ ਤੋਂ ਵਿਊ ਲੈ ਪੁੱਛ ਲੈਣਾ ਚਾਹੀਦਾ ਸੀ ਚਾਹੇ ਫੋਨ 'ਤੇ ਪੁੱਛ ਲੈਂਦਾ ਉਹਨੇ ਥੱਲੇ ਟੈਗ ਫਿਰ ਜਿਹਨੇ ਵੀਡੀਓ ਬਣਾਈ ਉਹਨੇ ਵੀ ਨਹੀਂ ਦੱਸ ਕੇ ਬਣਾਈ ਜੀ ਇਹਨੂੰ ਕਵਰ ਕਰਨੇ ਜਿਹਨੇ ਵੀ ਬਣਾਈ ਉਹਨੇ ਉਦੋਂ ਵੱਡੀ ਸਿਆਣਪ ਕਰਤੀ ਪਰ ਆਪਾਂ ਇਸ ਚੀਜ਼ ਨੂੰ ਉੱਤੇ ਪੈਣਾ ਨਹੀਂ ਵੀ ਉਹਨਾਂ ਦਾ ਆਪਣਾ ਥਾਟ ਆਪਣਾ ਆਪਣਾ ਪੁਲਿਸ ਜੇ ਚਾਹੇ ਤਾਂ ਪੁਲਿਸ ਨਸ਼ਾ ਮੈਂ ਮਕਾਈ ਰਿਹਾ ਬਸ ਪੁਲਿਸ ਚਾਹੇ ਤਾਂ ਨਸ਼ਾ ਖਤਮ ਹੋ ਸਕਦਾ ਸਮਾਜ ਆਪਾਂ ਕਹਿ ਸਕਦੇ ਦੇਖੋ ਪੁਲਿਸ ਆਪਣਾ ਜ਼ੋਰ ਲਾ ਰਹੀ ਹੈ ਜਿੰਨੀ ਕੁ ਤੁਸੀਂ ਕਹਿ ਲਓ ਗਿਣਤੀ ਹੈ ਗਿਣਤੀ ਦੇ ਹਿਸਾਬ ਨਾਲ ਪੁਲਿਸ ਤਾਂ ਆਪਣਾ ਜ਼ੋਰ ਲਾ ਰਹੀ ਹੈ ਜਿਹੜਾ ਹੁਣ ਦਾ ਮਾਹੌਲ ਤੁਸੀਂ ਦੇਖੋ ਕਿਸੇ ਦੀ ਹੈ ਇੰਨੀ ਜ਼ਰੂਰਤ ਵੀ ਨਸ਼ੇ ਵਾਲੇ ਨੂੰ ਛੱਡ ਦੇਵੇ ਸਗੋਂ ਪੁਲਿਸ ਦਾ ਜਿੱਥੇ ਜਿੱਥੇ ਨੁਕਸਾਨ ਹੋਇਆ ਨਸ਼ੇ ਵਾਲੇ ਨੂੰ ਫੜਨ ਦੇ ਪਿੱਛੇ ਹੋਇਆ ਨਾ ਜਿੱਥੇ ਤੁਸੀਂ ਆਹ ਪਿਛਲੇ ਦਿਨਾਂ ਦੀਆਂ ਘਟਨਾਵਾਂ ਦੇਖ ਲਓ ਤੁਸੀਂ ਤੁਹਾਨੂੰ ਲੱਗਦਾ ਵੀ ਕਿਸੇ ਭਲੇ ਮਾਨਸ ਤੇ ਪਤਾ ਇੰਨਾ ਪੁਲਿਸ ਕੋਲੇ ਕਿਤੇ ਆਮ ਹੀ ਪਿਆ ਵੀ ਚੱਕ ਕੇ ਕਿਸੇ ਦਾ ਪਤਾ ਕਿਤੇ ਨਾ ਕਿਤੇ ਜੇ ਪੁਲਿਸ ਦਾ ਨੁਕਸਾਨ ਹੋ ਗਿਆ ਤੇ ਉਹ ਫੜਨ ਵਾਲੇ ਪਿੱਛੇ ਹੋਇਆ ਨਾ ਫਿਰ ਅਸੀਂ ਬੜਾ ਫਿਰ ਸਪਸ਼ਟ ਅਗਲੇ ਨੇ ਫਿਰ ਕਹਿਣਾ ਵੀ ਇਹ ਜ਼ਿਆਦਾ ਘੈਂਟ ਬਣਦੀ ਹੈ ਜਾਂ ਇਹ ਵਿਊ ਲੈਣ ਜਾਂ ਇਹ ਹੈ ਪਰ ਸਪਸ਼ਟ ਮੈਂ ਪੁੱਛਦੀ ਹਾਂ ਵੀ ਕਿੱਥੇ ਗਏ ਚਿੰਤਾਜਨਕ ਚਿੰਤਾਤੁਰ ਜਿਹੜੇ ਬੰਦੇ ਮਤਲਬ ਚਿੰਤਕ ਸੀਗੇ ਸਮਾਜ ਦੇ ਉਹ ਕਿੱਥੇ ਗਏ ਮੈਂ ਤਾਂ ਕਿਸੇ ਦੀ ਸਟੇਟਮੈਂਟ ਨਹੀਂ ਦੇਖੀ ਵੀ ਪੁਲਿਸ ਜਿੱਥੇ ਸਹੀ ਕੀਤਾ ਉੱਥੇ ਨੂੰ ਤਾਂ ਸਹੀ ਕਹਿ ਦਿਓ ਕਿ ਇਹੀ ਹੋ ਸਕਦਾ ਇੱਕ ਬੰਦਾ ਗਲਤ 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 ਜਿੱਥੇ ਸਹੀ ਕੀਤਾ ਉੱਥੇ ਤਾਂ ਬੋਲ ਪਓ ਵੀ ਸਹੀ ਕੀਤਾ ਸਾਰਾ ਕੁਛ ਇਹੀ ਚਾਹੁੰਦੇ ਹੋ ਆਪੇ ਬੋਲੋ ਆਪੇ ਕੁੰਡਾ ਖੋਲੋ ਵੀ ਬਸ ਖੱਡ ਚੁੰਗਲ ਤੁਸੀਂ ਪਾਓ ਮੰਤਰ ਅਸੀਂ ਪੜਾਂਗੇ ਕੱਲੇ ਮੰਤਰ ਪੜਨ ਦਾ ਕੁਛ ਨਹੀਂ ਹੋਣਾ ਸਾਰਿਆਂ ਨੂੰ ਪਾਉਣੀਆਂ ਪੈਣੀਆਂ ਉਹ ਤਾਂ ਮਤਲਬ ਸਾਰਿਆਂ ਨੂੰ ਅੱਗੇ ਯੋਗਦਾਨ ਬਰਾਬਰ ਦਾ ਪਾਉਣਾ ਬਰਾਬਰ ਦਾ ਯੋਗਦਾਨ ਪੈਣਾ ਸਮਾਜ ਸੇਵੀ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਵੀ ਸਮਾਜ ਸੇਵੀ ਹੈ ਸਾਡਾ ਵੀ ਫਰਜ਼ ਬਣਦਾ ਸਮਾਜ ਦੇ ਕੰਮ ਕਰਨਾ ਪਰ ਅਸੀਂ ਇਸ ਕਰਕੇ ਕਿ ਅਸੀਂ ਸਾਨੂੰ ਤਨਖਾਹ ਮਿਲਦੀ ਅਸੀਂ ਜ਼ਿੰਮੇਵਾਰ ਹੈ ਕੁਛ ਬੜੇ ਲੋਕ ਇਹੋ ਜਿਹੇ ਨੇ ਜਿਹੜੇ ਮਤਲਬ ਸਮਾਜ ਦੀ ਚਿੰਤਾ ਲਈ ਕੰਮ ਕਰ ਰਹੇ ਨੇ ਆਪਾਂ ਆਮ ਹੀ ਸੁਣਦੇ ਹਾਂ ਕਿ ਹੱਕਾਂ ਲਈ ਸੱਚਾਂ ਲਈ ਮਤਲਬ ਇਹਦੇ 'ਚ ਕੋਈ ਸੱਚ ਨਹੀਂ ਸੀਗਾ ਜਾਂ ਕਿਸੇ ਨੇ ਸੱਚ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਮੇਰਾ ਇੱਕ ਸਵਾਲ ਜਨਤਾ ਨੂੰ ਹੀ ਹੈ ਵੀ ਦੂਸਰਾ ਪੱਖ ਸਾਡੇ ਤੋਂ ਤੁਸੀਂ ਉਮੀਦ ਕਰਦੇ ਹੋ ਅਸੀਂ ਕਰ ਵੀ ਰਹੇ ਹਾਂ ਕੰਮ ਵੀ ਕਰ ਰਹੇ ਹਾਂ ਤੁਹਾਡੀ ਉਮੀਦ 'ਤੇ ਖਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਿਸੇ ਨੇ ਸੱਚ ਕੱਢਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਦਾ ਕੋਈ ਆਇਆ ਕੋਈ ਮੈਂ ਤਾਂ ਬਿਆਨ ਜਾਂ ਵਿਚਾਰ ਨਹੀਂ ਸੁਣਿਆ ਇਸ ਵਿਸ਼ੇ 'ਤੇ ਕੋਈ ਆਇਆ ਹੋਵੇ ਕੋਈ ਸੱਚ ਜਾਣਦਾ ਹੋਵੇ ਤੇ ਉਹ ਦੱਸ ਸਕੇ ਵੀ ਸੱਚ ਆਹ ਸੀ ਹੋਇਆ ਆਹ ਬੇਸ਼ੱਕ ਕਿਸੇ ਨੂੰ ਵੀ ਗਲਤ ਕਹ ਦਿਓ ਨੋ ਡਾਊਟ ਮੈਂ ਨਹੀਂ ਕਹਿੰਦੀ ਪੁਲਿਸ ਨੂੰ ਨਿਰਾਸ਼ਾ ਹੁੰਦੀ ਆ ਜੀ ਹੋਊਗੀ ਓਬਵੀਅਸਲੀ ਆਪਾਂ ਇਸ ਸਮਾਜ ਦਾ ਹਿੱਸਾ ਕੀ ਤੁਸੀਂ ਪੁਲਿਸ ਨੂੰ ਆਪਦਾ ਅੰਗ ਹੀ ਨਹੀਂ ਮੰਨਦੇ ਤੁਸੀਂ ਪੁਲਿਸ ਡਿਪਾਰਟਮੈਂਟ ਨੂੰ ਸਮਾਜ ਦਾ ਅੰਗ ਨਹੀਂ ਮੰਨਦੇ ਜਾਂ ਸਮਾਜ 'ਚ ਇਹਦੀ ਲੋੜ ਮਹਿਸੂਸ ਨਹੀਂ ਕਰਦੇ ਮਤਲਬ ਇਹ ਕੋਈ ਅਲੱਗ ਗ੍ਰਹਿ ਤੋਂ ਆਏ ਹੋਏ ਬੰਦੇ ਆ ਤੁਹਾਡੀ ਸਟੇਟ ਦੇ ਬੰਦੇ ਨਹੀਂ ਹੈ ਇਹ ਇਨਸਾਨ ਨਹੀਂ ਹੈਗੇ ਇਹਨਾਂ ਦੇ ਹਿਊਮਨ ਰਾਈਟਸ ਨਹੀਂ ਹੈਗੇ ਕਿ ਇਹਨਾਂ ਨੂੰ ਹੱਕ ਸੱਚ 'ਤੇ ਕੰਮ ਨਹੀਂ ਕਰਨਾ ਆਉਂਦਾ ਜਾਂ ਤੁਸੀਂ ਇਹਨਾਂ ਨੂੰ ਅਨਟ੍ਰੇਨਡ ਸਮਝਦੇ ਹੋ ਤੁਹਾਡੇ ਵਿੱਚੋਂ ਅਸੀਂ ਤੁਸੀਂ ਸਾਨੂੰ ਗਲਤ ਹੈ ਸਾਨੂੰ ਗਲਤ ਕਹਿ ਦਿਓ ਅਸੀਂ ਗਲਤ ਹੈ ਸਾਨੂੰ ਗਲਤ ਕਹਿ ਦਿਓ ਸਹੀ ਹੈ ਸਹੀ ਕਹਿ ਦਿਓ ਜੋ ਤੁਹਾਡਾ ਵਿਚਾਰ ਤਾਂ ਰੱਖੋ ਕਿਸੇ ਨੇ ਕੋਈ ਵਿਚਾਰ ਹੀ ਨਹੀਂ ਦਿੱਤਾ ਮਤਲਬ ਸਾਰੇ ਦੇਖਦੇ ਰਹੇ ਬਣੀ ਕੀ ਜਾਂਦਾ ਹੋਈ ਕੀ ਜਾਂਦਾ ਹੋਈ ਕੀ ਜਾਂਦਾ ਬਣੀ ਕੀ ਜਾਂਦਾ ਮਤਲਬ ਬਣ ਗਿਆ ਫਿਰ ਤੁਹਾਡੇ ਸਾਹਮਣੇ ਮਤਲਬ ਉਹਦੇ 'ਚ ਤੁਸੀਂ ਕੀ ਸਮਝਦੇ ਹੋ ਬਹੁਤ ਹੌਸਲੇ ਨਾਲ ਮਤਲਬ ਪੁਲਿਸ ਅੱਗੇ ਵਧੂਗੀ ਕੰਮ ਕਰੂਗੀ ਨਾ ਤੁਹਾਨੂੰ ਜੇ ਤੁਸੀਂ ਕਹਿੰਦੇ ਅਸੀਂ ਨਾਲ ਖੜੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਸਹੀ ਕਹੋ ਪਰ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਕੱਢਿਆ ਸੱਚ ਕੀ ਹੈ ਤੁਸੀਂ ਸੱਚ ਕਹੋ ਸੱਚ ਦੱਸ ਦਿਓ ਵੀ ਆਹ ਸੱਚ ਹੈ ਆਹ ਝੂਠ ਹੈ ਆਹ ਗਲਤ ਹੈ ਠੀਕ ਹੈ ਦੇਖੋ ਆਪਾਂ ਦੋ ਭੈਣ ਭਰਾ ਕੰਮ ਕਰਦੇ ਹਾਂ ਦੋਨਾਂ ਦੀ ਗਲਤੀ ਰਹਿ ਜੂਗੀ ਤੁਹਾਡੇ ਤੋਂ ਵੀ ਕੁਛ ਕਮੀ ਰਹਿ ਜੂ ਮੇਰੇ ਤੋਂ ਵੀ ਦੋਨਾਂ ਦੀ ਕਮੀ ਦੱਸਦੇ ਨੇ ਵੀ ਇੱਥੇ ਤੁਸੀਂ ਗਲਤ ਸੀ ਜੀ ਇੱਥੇ ਪੁਲਿਸ ਗਲਤ ਹੈ ਤੁਹਾਡਾ ਇਹ ਕਰਨਾ ਬਣਦਾ ਸੀ ਇਹਨਾਂ ਦਾ ਇਹ ਕਰਨਾ ਬਣਦਾ ਸੀ ਕੋਈ ਵਿਚਾਰ ਤਾਂ ਦੇ ਦਿਓ ਦੱਸ ਤਾਂ ਦਿਓ ਕੀ ਸਹੀ ਕੀ ਗਲਤ ਮਤਲਬ ਦੇਖ ਹੀ ਰਹੇ ਹਾਂ ਫਿਰ ਅਸੀਂ ਕਿੱਡੇ ਕੁ ਜ਼ਿੰਮੇਵਾਰ ਹਾਂ ਦੇਖ ਹੀ ਰਹੇ ਹਾਂ ਹੋ ਕੀ ਰਿਹਾ ਤੁਸੀਂ ਇਸ ਗੱਲ ਨੂੰ ਮੈਨੂੰ ਤਾਂ ਲੱਗਿਆ ਵੀ ਮੈਂ ਜਿੰਨੇ ਵੀ ਨਿਊਜ਼ ਪੇਪਰ ਪੜ੍ਹੇ ਹੋਰ ਦੇਖਿਆ ਸੋਸ਼ਲ ਮੀਡੀਆ 'ਤੇ ਵੀ ਮੈਨੂੰ ਥੋੜ੍ਹਾ ਜਿਹਾ ਮੌਕਾ ਮਿਲਿਆ ਦੇਖਣ ਦਾ ਜਿੰਨਾ ਜਿੰਨਾ ਲੋਕਾਂ ਨੇ ਵਿਊ ਪਾਇਆ ਕੀ ਕਹਿਣਾ ਕੋਈ ਇੱਕਾ ਦੁੱਕਾ ਵਿਊ ਮੈਨੂੰ ਤਾਂ ਉਹ ਸਾਰੇ ਵਿਦਵਾਨ ਹੀ ਨਹੀਂ ਲੱਭੇ ਸਾਡੇ ਚਿੰਤਕ ਹੀ ਨਹੀਂ
ਤੁਹਾਡਾ ਦੂਜਾ ਬੰਦਾ ਕੋਈ ਗਲਤ ਹੈ ਉਹਨੂੰ ਵੀ ਗਲਤ ਕਹਿ ਦਿਓ, ਸਹੀ ਨੂੰ ਸਹੀ ਕਹਿ ਦਿਓ, ਕਿੰਨਾ ਸਹੀ ਕਿੰਨਾ ਗਲਤ ਹੈ ਤੁਸੀਂ ਦੱਸ ਦਿਓ, ਕਿਉਂਕਿ ਇਨਸਾਨ ਹੈ ਨਾ ਤਾਂ 100% ਸਹੀ ਹੋ ਸਕਦਾ ਨਾ ਹੀ 100% ਗਲਤ ਹੋ ਸਕਦਾ। ਜੇ ਆਪਾਂ ਕਹੀਏ ਜੋ ਹੈ ਤਾਂ ਨਾਪ ਤੋਲ ਕੇ ਸਾਹਮਣੇ ਕਰ ਦਿਓ, ਬੰਦੇ ਨੂੰ ਕੁਛ ਪਤਾ ਲੱਗ ਜੂ, ਹੋ ਸਕਦਾ ਕੁਛ ਸਿੱਧਾ ਸਾਨੂੰ ਮਿਲ ਜਾਣੀ ਆ, ਕੁਛ ਅਗਲੇ ਨੂੰ ਮਿਲ ਜਾਣੀ ਆ। ਜਿੱਦਾਂ ਇਹ ਕੰਮ ਕਰਦੇ ਹੋ ਦਬੰਗਰੀ ਦੇ ਨਾਲ, ਜੇ ਮੈਂ ਕਰਦਾ ਕਿਉਂਕਿ ਜੇਕਰ ਇਹ ਵੀ ਹੋਵੇ ਨਾ ਕਿ ਆਜ਼ਾਦੀ ਤੌਰ 'ਤੇ ਇਕੱਲਾ ਵੀ ਨਹੀਂ ਬੰਦਾ ਚੱਲ ਸਕਦਾ, ਨਾਲ ਸਹਿਯੋਗ ਸਾਥ ਵੀ ਹੁੰਦਾ ਆ, ਤਾਂ ਮੈਂ ਆਖਰ 'ਤੇ ਸਹਿਯੋਗ ਅਤੇ ਸਾਥ ਜ਼ਰੂਰ ਜਾਣਨਾ ਚਾਹੂੰਗਾ ਕਿ ਕਿੰਨਾ ਕਿੰਨਾ ਦਾ ਪੂਰਨ ਰੂਪ ਦੇ ਵਿੱਚ ਸਹਿਯੋਗ ਆ। ਜਿਵੇਂ ਕਹਿੰਦੇ ਨੇ ਕਿ ਉਹਨਾਂ ਦਾ ਮੇਰੇ ਸਿਰ 'ਤੇ ਹੱਥ ਆ, ਜੇ ਉਹਨਾਂ ਦਾ ਹੱਥ ਨਾ ਹੁੰਦਾ ਤਾਂ ਅੱਜ ਮੈਂ ਇੱਥੋਂ ਆ ਨਹੀਂ ਹੋਣੀ ਸੀ, ਤਾਂ ਕਿੰਨਾ ਕਿੰਨਾ ਦਾ ਹੱਥ ਤੁਹਾਡੇ ਸਿਰ 'ਤੇ ਆ। ਦੇਖੋ ਜਦੋਂ ਆਪਾਂ ਕੰਮ ਕਰਦੇ ਹਾਂ ਨਾ, ਇਨਪ੍ਰਿੰਟ 'ਤੇ, ਤਾਂ ਮਤਲਬ ਬਹੁਤ ਸਾਰੀਆਂ ਗਲਤੀਆਂ ਸਾਡੇ ਤੋਂ ਹੋ ਜਾਂਦੀਆਂ ਨੇ, ਬਿਲਕੁਲ ਇਨਸਾਨ ਹੋ ਜਾਂਦੀਆਂ ਨੇ। ਜਿਹਦੇ 'ਚ ਆਪਾਂ ਕਹੀਏ ਤਾਂ DGP ਮਾਨਯੋਗ ਸਾਡੇ DGP ਸਾਹਿਬ ਦੀ ਡਾਇਰੈਕਟ ਜਿਹੜੀ ਹੈਗੀ ਆ, ਇਹ ਹਦਾਇਤ ਹੈਗੀ ਆ ਕਿ ਤੁਸੀਂ ਇਹਨੂੰ ਖਤਮ ਕਰੋ, ਨਸ਼ੇ ਨੂੰ ਜੜੋਂ ਖਤਮ ਕਰੋ, ਜਿਵੇਂ ਮਰਜ਼ੀ ਕਰੋ। ਅਤੇ ਉਸ ਚੀਜ਼ ਨੂੰ ਸਾਡੇ DGP ਸਾਹਿਬ ਨੇ ਔਰ SSP ਸਾਹਿਬ ਨੇ ਬੜਾ ਸੀਰੀਅਸ ਲਿਆ ਹੋਇਆ। ਸਾਨੂੰ SSP ਸਾਹਿਬ ਖੁਦ ਪੁੱਛਦੇ ਨੇ, ਡਾਕਟਰ ਗੁਰਨੀਤ ਸਿੰਘ ਖੁਰਾਣਾ ਆਪਣੇ SSP ਬਠਿੰਡਾ, ਸਾਨੂੰ ਖੁਦ ਪੁੱਛਦੇ ਨੇ ਕਿੰਨੇ ਸੈਮੀਨਾਰ ਲਾਏ, ਹਰ ਰੋਜ਼ ਸਾਡੀ ਰਿਪੋਰਟ ਜਾਂਦੀ ਸ਼ਾਮ ਨੂੰ ਕਿ ਕੀ ਰਿਕਵਰੀ ਕੀਤੀ, ਕੀ ਤੁਸੀਂ ਇਹਦੇ 'ਚ ਕੀ ਤੁਸੀਂ ਆਊਟਪੁੱਟ ਲੈ ਕੇ ਆ ਰਹੇ ਹੋ, ਅਤੇ ਨੈਕਸਟ ਤੁਹਾਡਾ ਕੀ ਪਲਾਨ ਹੈਗਾ। ਤਾਂ ਜੇ ਸੀਨੀਅਰ ਆਫਿਸਰ ਦਾ ਇੰਟਰਸਟ ਹੈਗਾ ਤਾਂ ਫਿਰ ਆਪਾਂ ਉਹ ਟਾਈਮ ਕੱਢਦੇ ਹਾਂ, ਟਾਈਮ ਕੰਮ ਕਰਦੇ ਹਾਂ। ਐਪਰੀਸ਼ੀਏਸ਼ਨ ਵੀ ਹੈਗੀ ਆ, ਨੋ ਡਾਊਟ, ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਮੈਨੂੰ ਸਰਟੀਫਿਕੇਟ ਵੀ ADGP ਸਾਹਿਬ ਵੱਲੋਂ ਮਿਲਿਆ, ਹੈ ਨਾ, ਸਨਮਾਨਿਤ ਕੀਤਾ ਗਿਆ SSP ਸਾਹਿਬ। ਉਸ ਚੀਜ਼ ਦੀ ਖੁਸ਼ੀ ਵੀ ਹੁੰਦੀ ਹੈ ਕਿ ਸਾਡੇ ਕੰਮ ਨੂੰ ਐਪਰੀਸ਼ੀਏਟ ਵੀ ਬਹੁਤ ਕਰਦੇ ਨੇ। ਤਾਂ ਮੇਨ ਜੇ ਆਪਾਂ ਪੂਰੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ SSP ਸਾਹਿਬ ਡਾਇਰੈਕਟਰ, ਹੈ ਨਾ, ਇਹਨੂੰ ਦੇਖਦੇ ਆ, ਔਰ ADGP ਸਾਹਿਬ ਜਿਹੜੇ ਆ ਉਹ ਇਹਨੂੰ ਐਪਰੀਸ਼ੀਏਟ ਕਰ ਰਹੇ ਆ ਸਪੈਸ਼ਲ, ਅਤੇ DGP ਸਾਹਿਬ ਸਪੈਸ਼ਲ ਮੀਟਿੰਗਸ ਲੈ ਰਹੇ ਆ। DGP ਸਾਹਿਬ ਦੀ ਇੱਕ ਮੀਟਿੰਗ ਸੀਗੀ BC, ਤਾਂ ਉਹਨਾਂ ਨੇ ਸਪੈਸ਼ਲ ਇਸ ਚੀਜ਼ ਨੂੰ ਕਿਹਾ ਵੀ ਇਹਨੂੰ ਖਤਮ ਕਰੀਏ ਆਪਾਂ, ਨਸ਼ੇ ਵਾਲਾ ਜਿਹੜਾ ਟੈਗ, ਨਸ਼ਾ ਵੀ ਇਹਨੂੰ ਇੱਕ ਟੈਗ ਜਨਤਾ ਦੇ ਵਿੱਚੋਂ ਇਹ ਨਿਕਲੇ, ਜਨਤਾ ਦੇ ਮਾਇੰਡ 'ਚੋਂ ਇਹ ਚੀਜ਼ ਨਿਕਲੇ। ਇਸੇ ਕਰਕੇ ਆਪਾਂ ਕਹੀਏ ਤਾਂ ਸੀਨੀਅਰ ਆਫਿਸਰਸ ਦਾ ਜਿਹੜਾ ਬੜਾ ਸਹਿਯੋਗ ਇਹਦੇ ਵਿੱਚ ਹੈਗਾ, ਫਿਰ ਹੀ ਆਪਾਂ ਅੱਗੇ ਵੱਧ ਸਕਦੇ। ਮਤਲਬ ਰੁਟੀਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਸੈਮੀਨਾਰ, ਆਪ ਨੂੰ ਵੀ ਹੁੰਦਾ, ਅਸੀਂ ਹੁਣੇ ਵੀ ਜਾ ਰਹੇ ਹਾਂ, ਤੁਸੀਂ ਦੇਖਣਾ ਸਾਡੇ ਨਾਲ ਲੇਖ ਲਏ ਟੀਮ ਵੀ, ਅਸੀਂ ਹੁਣੇ ਵੀ ਇੱਕ ਪਿੰਡ 'ਚ ਜਾ ਰਹੇ ਹਾਂ ਅੱਗੇ, ਉੱਥੇ ਸੈਮੀਨਾਰ ਵੀ ਹੈ, ਜਿਹੜਾ ਕੋਈ ਇੱਕਾ ਦੁੱਕਾ ਹੈਗਾ ਉਹਨੂੰ ਚਲੋ ਵਾਰਨਿੰਗ ਵੀ ਦਿੰਦੇ ਹਾਂ, ਜੇ ਕੋਈ ਕਾਬੂ ਆ ਜਾਂਦਾ ਤਾਂ ਉਹਨੂੰ ਅਸੀਂ ਛੱਡਦੇ ਵੀ ਨਹੀਂ। ਹਾਂਜੀ, ਲੋਕਾਂ ਲਈ ਸੁਨੇਹਾ ਲੈਣਾ ਚਾਹੂੰਗਾ ਮੈਂ, ਲੋਕਾਂ ਲਈ ਸੁਨੇਹਾ ਇਹ ਹੈ ਵੀ ਜੋ ਹੈਗਾ ਸੱਚ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਨਾਲ ਸਹੀ ਹੋਵੇ, ਪਹਿਲਾਂ ਤੁਸੀਂ ਦੂਜੇ ਨਾਲ ਸਹੀ ਕਰਨਾ ਸਿੱਖੋ। ਜੇ ਚਾਹੁੰਦੇ ਹੋ ਵੀ ਤੁਹਾਨੂੰ ਸੱਚ ਬੋਲਣ ਵਾਲੇ ਇਮਾਨਦਾਰ ਅਫਸਰਾਂ ਦੀ ਲੋੜ ਹੈ, ਤਾਂ ਸ਼ੁਰੂਆਤ ਤੁਹਾਨੂੰ ਆਪਣੇ ਅੰਦਰੋਂ ਕਰਨੀ ਪੈਣੀ ਹੈ। ਅੰਦਰੋਂ ਇਮਾਨਦਾਰ ਵੀ ਹੋਣਾ ਪੈਣਾ, ਨਿਰਸਵਾਰਥ ਵੀ ਹੋਣਾ ਪੈਣਾ, ਨਿਡਰ ਵੀ ਹੋਣਾ ਪੈਣਾ, ਬਿਲਕੁਲ, ਹੈ ਨਾ। ਜੇ ਆਪਾਂ ਕਹਿੰਦੇ ਆ ਵੀ ਆਪਾਂ ਸਾਰੇ ਇੱਕ ਪਰਮਾਤਮਾ ਦੀ ਔਲਾਦ ਹੈ, ਹੈ ਨਾ, ਆਪਾਂ ਕਹਿੰਦੇ ਹਾਂ ਵੀ ਨਿਰਭਉ ਨਿਰਵੈਰ, ਉਹ ਤੁਹਾਨੂੰ ਹੋਣਾ ਪੈਣਾ, ਨਿਡਰ ਹੋ ਕੇ ਦੇ ਦਿਓ ਜੋ ਹੈ, ਬਿਨਾਂ ਕਿਸੇ ਭਾਅ ਤੋਂ ਤੁਸੀਂ ਸਟੇਟਮੈਂਟ ਦੇ ਦਿਓ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਨਿਰਵੈਰ ਰਹੋ, ਤੁਹਾਡਾ ਵੈਰ ਨਾ ਹੋਵੇ ਕਿਸੇ ਨਾਲ, ਨਿੱਜੀ ਵੈਰ ਨਹੀਂ ਕੱਢਣਾ, ਕਹਿ ਦਿਓ ਜੋ ਹੈ। ਜੇ ਤੁਹਾਨੂੰ ਚਾਹੀਦਾ ਸੱਚਾ ਸੁੱਚਾ ਸਮਾਜ, ਫਿਰ ਤੁਹਾਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ ਪੈਣਾ, ਸੱਚੇ ਸੁੱਚੇ ਮਹਿਕਮੇ ਵੀ ਹੋ ਜਾਣੇ ਆ, ਸਮਾਜ ਵੀ ਹੋ ਜਾਣਾ, ਪਰ ਸਿਰਫ ਇੱਕ ਸਟੇਟਮੈਂਟ ਦੇਣ ਨਾਲ ਕੁਛ ਨਹੀਂ ਹੁੰਦਾ ਜੀ। ਸੋ ਤੁਸੀਂ ਸਮਾਂ ਤਾਂ ਸਾਡੇ ਲਈ ਅੱਜ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਾਡੀ ਪ੍ਰੇਵ ਵੀ ਇਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਹੋ, ਇਸ ਤਰ੍ਹਾਂ ਦੇ ਨਾਲ ਹੀ ਕੰਮ ਜਿਹੜਾ ਕਰਦਾ ਰਹੇ। ਸਾਡੀ ਕੋਸ਼ਿਸ਼ ਇਹੀ ਸੀ ਕਿ ਜੀ ਅਸੀਂ ਸਵਾਲ ਬੜੇ ਚੁੱਕਦੇ ਹਾਂ ਪੁਲਿਸ 'ਤੇ, ਪਰ ਜਿਹੜਾ ਕੋਈ ਚੰਗਾ ਕੰਮ ਜੇਕਰ ਕੋਈ ਕਰ ਰਿਹਾ ਤਾਂ ਸੁਭਾਵਿਕ ਤੌਰ 'ਤੇ ਉਹਨੂੰ ਸਲਾਮ ਸਲਿਊਟ ਕਰਨਾ ਬਣਦਾ ਵੀ ਆ। RMB ਟੈਲੀਵਿਜ਼ਨ ਦੀ ਪੂਰੀ ਟੀਮ 'ਤੇ ਮੈਂ ਖੁਦ ਤੁਹਾਨੂੰ ਅਤੇ ਤੁਹਾਡੀ ਡਿਊਟੀ ਨੂੰ ਸਲਾਮ ਜਿਹੜਾ ਜ਼ਰੂਰ ਕਰਦਾ। ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਠੀਕ ਹੈ। ਮੇਰੇ ਨਾਲ SHO ਕਰਮਜੀਤ ਹੋ ਰਹੀ ਸੀ, ਇਹਨਾਂ ਦੇ ਨਾਲ ਮੁਲਾਕਾਤ ਕੀਤੀ, ਗੱਲਬਾਤ ਇਹਨਾਂ ਦੇ ਨਾਲ ਜਿਹੜੀ ਹੈਗੀ ਉਹ ਕੀਤੀ ਹੈ, ਕਿਉਂਕਿ ਅਸੀਂ ਨਾ ਪੁਲਿਸ ਦਾ ਇੱਕ ਭੈ ਹੁੰਦਾ ਸਾਡੇ ਮਨ ਦੇ ਵਿੱਚ, ਡਰ ਹੁੰਦਾ, ਪਰ ਜਿਹੜੇ ਪੁਲਿਸ ਕਰਮੀ ਜਿਹੜੇ ਪੁਲਿਸ ਅਧਿਕਾਰੀ ਚੰਗਾ ਕੰਮ ਕਰਦੇ, ਸੁਭਾਵਿਕ ਤੌਰ 'ਤੇ ਉਹਨਾਂ ਨੂੰ ਦਿਖਾਉਣਾ ਵੀ ਲਾਜ਼ਮੀ ਆ, ਉਹਨਾਂ ਨੂੰ ਤੁਹਾਡੇ ਰੂਬਰੂ ਕਰਨਾ ਵੀ ਲਾਜ਼ਮੀ ਆ ਕਿ ਨਹੀਂ ਯਾਰ ਪੁਲਿਸ ਇੱਦਾਂ ਦੀ ਵੀ ਹੈਗੀ ਆ, ਕੁਛ ਪੁਲਿਸ ਅਧਿਕਾਰੀ ਜਿਹੜੇ ਆ ਉਹ ਇੱਦਾਂ ਦੇ ਵੀ ਆ, ਕਿਉਂਕਿ ਇੱਕ ਮੱਧਵਰਗੀ ਪਰਿਵਾਰ 'ਚੋਂ ਉੱਠ ਕੇ ਇੱਕ ਕੁੜੀ ਜਿਹੜੀ ਆ ਉਹ ਜਦੋਂ ਵੱਡੀਆਂ ਵੱਡੀਆਂ ਆਫਰਾਂ ਟਕਰਾਉਂਦੀ ਆ, ਕਹਿੰਦੀ ਨਹੀਂ ਕਿ ਮੈਂ ਆਪਣਾ ਕੰਮ ਜਿਹੜਾ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਜਿਹੜਾ ਉਹ ਕਰਨਾ ਆ। ਇੱਦਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾਇਜ਼, ਧੰਨਵਾਦ ਜੀ।